ਜਿੱਤਾਂ ਵੀ ਹੁੰਦੀਆਂ ਨੇ ਹਾਰਾਂ ਵੀ ਹੁੰਦੀਆਂ ਨੇ ਮਿਠਾਸ ਵੀ ਹੁੰਦੀ ਹੈ ਤੇ ਖਾਰਾਂ ਵੀ ਹੁੰਦੀਆਂ ਨੇ ਜਿੱਤਾਂ ਵੀ ਹੁੰਦੀਆਂ ਨੇ ਹਾਰਾਂ ਵੀ ਹੁੰਦੀਆਂ ਨੇ ਮਿਠਾਸ ਵੀ ਹੁੰਦੀ ਹੈ ਤੇ ਖਾਰਾਂ ਵੀ ਹੁੰਦੀਆਂ ਨੇ ਪਤਝੜ ਵੀ ਹੁੰਦੀ ਹੈ ਤੇ ਬਹਾਰਾਂ ਵੀ ਹੁੰਦੀਆਂ ਨੇ ਹਰ ਇੱਕ ਸਿੱਕੇ ਦੇ ਹੁੰਦੇ ਨੇ ਦੋ ਪਹਿਲੂ ਤੇ ਇਹਨਾਂ ਪਹਿਲੂਆਂ ਨੂੰ ਜੋੜਦੀਆਂ ਤਾਰਾਂ ਵੀ ਹੁੰਦੀਆਂ ਨੇ ਇਹਨਾਂ ਪਹਿਲੂਆਂ ਨੂੰ ਜੋੜਦੀਆਂ ਤਾਰਾਂ ਵੀ ਹੁੰਦੀਆਂ ਨੇ ਹਰਵਿੰਦਰ ਰਿਹਾਲ ਦਾ ਇਹ ਸ਼ੇਅਰ ਹੈਗਾ ਜੀ ਸ਼ਾਇਰ ਨੇ ਪੰਜਾਬੀ ਦੇ ਉਹਨਾਂ ਨੇ ਇਹ ਲਿਖਿਆ ਬੜਾ ਵਧੀਆ ਗੱਲ ਕੀਤੀ ਹੈਗੀ ਕਿ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਅਤੇ ਕਈ ਵਾਰੀ ਅਸੀਂ ਇੱਕ ਪਹਿਲੂ ਦੇਖਦੇ ਹਾਂ ਦੂਜਾ ਪਹਿਲੂ ਨਹੀਂ ਦੇਖਦੇ ਅਤੇ ਜਾਂ ਦੂਜਾ ਪਹਿਲੂ ਸਾਡੇ ਤੋਂ ਅੱਖਾਂ ਤੋਂ ਪਰੋਖੇ ਹੁੰਦਾ ਮੁੱਕਦੀ ਗੱਲ ਇਹ ਹੈ ਜੀ ਕਿ ਜਦੋਂ ਅਸੀਂ ਕਿਸੇ ਕੋਲ ਕੋਈ ਗੱਲ ਕਰਦੇ ਹਾਂ ਤਾਂ ਇੱਕ ਵਾਰ ਤਾਂ ਬੰਦੇ ਨੇ ਉਸ ਦੀ ਗੱਲ ਦਾ ਹੀ ਯਕੀਨ ਕਰਨਾ ਹੁੰਦਾ ਇਹਨਾਂ ਲਾਈਨਾਂ ਨਾਲ ਮੈਂ ਹਾਜ਼ਰ ਹਾਂ ਜੀ ਜਗਤਾਰ ਸਿੰਘ ਜੱਗੀ ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਹਮੇਸ਼ਾ ਦੀ ਤਰ੍ਹਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਸਲਾਮ ਹੈਲੋ ਹੈ ਅਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ ਅੱਜ ਦੇ ਲਾਈਵ ਸ਼ੋਅ 'ਚ ਕਰਾਂਗੇ ਜੀ ਗੱਲਾਂ ਬਾਤਾਂ ਨਾਲ ਦੀ ਨਾਲ ਕੁਛ ਜਿਹੜਾ ਟਰੈਕ ਹੈਗਾ ਪਹਿਲੀ ਦੀ ਤਰ੍ਹਾਂ ਪ੍ਰੋਗਰਾਮ ਜਿਹੜੇ ਨੇ ਆਉਣੇ ਸ਼ੁਰੂ ਹੋਏ ਨੇ ਕਿ ਬਹੁਤ ਸਾਰੀਆਂ ਖਬਰਾਂ ਅਸੀਂ ਤੁਹਾਡੇ ਨਾਲ ਸਾਂਝੇ ਕਰਦੀਆਂ ਅਤੇ ਕਈ ਗੱਲਾਂ ਇਹ ਹੁੰਦੀਆਂ ਕਿ ਅਸੀਂ ਉਹ ਗੱਲ ਜਦੋਂ ਸ਼ੁਰੂ ਕਰਦੇ ਤਾਂ ਪੂਰਾ ਪ੍ਰੋਗਰਾਮ ਹੀ ਉਸੇ ਦੇ ਵਿੱਚ ਲੰਘਦਾ ਜਿਵੇਂ ਕਿਸਾਨਾਂ ਦੀ ਗੱਲ ਕਰੀਏ ਜਾਂ ਕਰੋਨਾ ਦੀ ਗੱਲ ਕਰੀਏ ਪਰ ਫਿਰ ਵੀ ਨਾਲ ਅੱਜ ਗੱਲ ਵੀ ਕਰਾਂਗੇ ਅਤੇ ਨਾਲ ਨਾਲ ਅਸੀਂ ਪਹਿਲਾਂ ਵਾਂਗੂ ਇੱਕ ਤੁਹਾਡੇ ਸਵਾਲਾਂ ਦੇ ਜਵਾਬ ਕਾਫੀ ਦੇਰ ਦੇ ਪੈਂਡਿੰਗ ਪਏ ਨੇ ਕੁਝ ਲੋਕ ਇਹ ਚੰਗੀ ਗੱਲ ਹੈ ਕਿ ਲੋਕਾਂ ਨੂੰ ਪਤਾ ਹੈ ਕਿ ਸਵਾਲ ਪੁੱਛਦੇ ਆ ਅਤੇ ਸਾਨੂੰ ਪੁੱਛਦੇ ਨੇ ਜਿੱਥੇ ਵੀ ਜਾਈਦਾ ਅਸੀਂ ਹੁਣ ਇੰਡੀਆ ਨਾ ਮਿਡਵੈਸਟ ਗਏ ਸੀ ਸਾਨੂੰ ਉੱਥੇ ਵੀ ਕਾਫੀ ਜ਼ਿਕਰ ਹੋਇਆ ਸੋ ਸਵਾਲਾਂ ਤੋਂ ਪਹਿਲਾਂ ਅਸੀਂ ਗੱਲ ਜ਼ਰੂਰ ਕਰਨੀ ਚਾਹਾਂਗੇ ਅੱਜ ਦੇ ਮਾਹੌਲ ਦੀ ਨਾਲ ਕਰੋਨਾ ਦੀ ਗੱਲ ਜਿਹੜੀ ਕਰੀ ਦੀ ਹੈ ਜੀ ਕਰੋਨਾ ਦੇ ਸੁੱਖ ਨਾਲ ਕੱਲ੍ਹ ਮੈਂ ਭਾਰਤ ਦੇ ਕੇਸ ਦੇਖ ਰਿਹਾ ਸੀਗਾ 2,94,000 ਸੀ ਅਤੇ ਕਹਿੰਦੇ ਜੀ ਇਹ ਹੁਣ ਤੱਕ ਦੇ ਸਭ ਤੋਂ ਵੱਧ ਅੰਕੜਾ ਹੈ ਜਦੋਂ ਦਾ ਕਰੋਨਾ ਸ਼ੁਰੂ ਹੋਇਆ ਤਾਂ ਮੈਂ ਕਿਹਾ ਚਲੋ ਅੱਜ ਦੇਖਦੇ ਕਿੰਨੇ ਕੁ ਅਤੇ ਅੱਜ ਭਾਈ ਦੇਖੇ ਸੀ ਸੁੱਖ ਨਾਲ 3,15,000 ਸੀ ਜਦੋਂ ਮੈਂ ਦੇਖੇ ਸੋ ਇਹ ਕਾਫੀ ਮੰਦਭਾਗੀ ਹਾਲਤ ਹੈ ਆਕਸੀਜਨਾਂ ਦੀ ਪਣੀ ਲੁੱਟ ਪਈ ਹੈ ਹਰਿਆਣਾ ਸਰਕਾਰ ਕਹਿੰਦੀ ਹੈ ਜੀ ਕੇਜਰੀਵਾਲ ਸਾਡੀ ਆਕਸੀਜਨ ਦੀ ਜਿਹੜੀ ਗੱਡੀ ਸੀ ਉਹ ਲੁੱਟ ਕੇ ਲੈ ਗਿਆ ਪਤਾ ਹੀ ਨਹੀਂ ਕਿੱਧਰ ਨੂੰ ਜਾ ਰਹੀ ਗੱਲ ਕਿੱਧਰ ਨੂੰ ਭਾਰਤ ਜਾ ਰਿਹਾ ਕਿੱਧਰ ਨੂੰ ਬਿਆਨ ਜਾ ਰਹੇ ਨੇ ਲੀਡਰਾਂ ਦੇ ਆਕਸੀਜਨ ਦੀ ਗੱਡੀ ਹਰਿਆਣੇ ਨੂੰ ਆ ਰਹੀ ਸੀ ਕੇਜਰੀਵਾਲ ਲੁੱਟ ਕੇ ਦਿੱਲੀ ਲੈ ਗਿਆ ਕੀ ਇਹਦੇ 'ਚ ਕਹਿ ਸਕਦੇ ਕੀ ਨਹੀਂ ਕਹਿ ਸਕਦੇ ਸੋ ਆਕਸੀਜਨ ਮੋਗੀ ਕਿਤੇ ਕੁਛ ਹੋ ਗਿਆ ਇਹ ਸਾਰਾ ਕੁਛ ਆਪਾਂ ਨੂੰ ਮਾਹੌਲ ਆਪਣੇ ਸਾਹਮਣੇ ਹੀ ਆ ਪਰ ਅਸੀਂ ਇਹੀ ਅਰਦਾਸ ਕਰਦੇ ਪਰਮਾਤਮਾ ਭਲੀ ਕਰੇ ਅਤੇ ਨਾਲ ਦੀ ਨਾਲ ਜਿਹੜੀ ਆ ਰਾਜਨੀਤੀ ਆ ਪੂਰੀ ਭੱਗ ਗਈ ਹੈ ਕਾਫੀ ਉੱਥੇ ਤਕੜਾ ਕੰਮ ਸ਼ੁਰੂ ਹੋ ਗਿਆ ਅਤੇ ਇਹਦਾ ਵੀ ਦੇਖੋ ਊਠ ਕਿਸ ਕਰਵਟ ਬੈਠਦਾ ਕਿਉਂਕਿ ਰਿਜ਼ਲਟ ਜਿਹੜੇ ਆ ਜਾਣੇ ਜੀ ਮੇਰੇ ਖਿਆਲ 2 ਮਈ ਨੂੰ ਜਿਹੜੀਆਂ 5 ਸਟੇਟਸ ਦੇ ਵਿੱਚ ਇਲੈਕਸ਼ਨਾਂ ਹੋ ਰਹੀਆਂ ਨੇ ਅਤੇ 2 ਮਈ ਤੋਂ ਬਾਅਦ ਕਾਫੀ ਪਿਕਚਰ ਕਲੀਅਰ ਹੋ ਜਾਏਗੀ ਕਿ ਜਿਵੇਂ ਅਸੀਂ ਕਹਿ ਸਕਦੇ ਹਾਂ ਕਿ ਮੋਦੀ ਸਰਕਾਰ ਦਾ ਬੜਾ ਵਿਰੋਧ ਆ ਬੜਾ ਵਿਰੋਧ ਆ ਬੜਾ ਵਿਰੋਧ ਆ ਜੀ ਅਤੇ ਉਹ ਕੀ ਕਹਿੰਦਾ ਸਟੇਟਾਂ ਦੇ ਵਿੱਚ ਕਿਵੇਂ ਉਹ ਜਿੱਤਦੇ ਨੇ ਜਾਂ ਨਹੀਂ ਜਿੱਤਦੇ ਨੇ ਉਹ ਬਾਅਦ ਦੀ ਗੱਲ ਆ ਉਹ ਅਸੀਂ ਫਿਰ ਕਹਿੰਦੇ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਦਾ ਕੋਈ ਸਵਾਲ ਹੈਗਾ ਨਹੀਂ ਉਹ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਜੀ ਸ਼ੁਗਲ ਮੇਰੇ ਤੌਰ 'ਤੇ ਬਾਕੀ ਫਿਰ ਵਿਸ਼ਾ ਵੀ ਲਵਾਂਗੇ ਅੱਜ ਸਰਦਾਰ ਅਰਜਨ ਸਿੰਘ ਜੀ ਅੰਜਾਨ ਸਾਹਿਬ ਉਹ ਵੀ ਸਾਡੇ ਨਾਲ ਜੁੜਨਗੇ ਉਹ ਵੀ ਆਪਣੇ ਕੀਮਤੀ ਵਿਚਾਰ ਗਿਆਨ ਭਰੇ ਵਿਚਾਰ ਸਾਡੇ ਨਾਲ ਰੱਖਣਗੇ ਪਰ ਪਹਿਲਾਂ ਆਪਾਂ ਚੱਲਦੇ ਹਾਂ ਜੀ ਕੁਝ ਸਵਾਲਾਂ ਦੇ ਪੁੱਠੇ ਸਿੱਧੇ ਸਵਾਲ ਪੁੱਠੇ ਸਿੱਧੇ ਜਵਾਬ ਚਲੋ ਕਈ ਸਵਾਲ ਵਧੀਆ ਹੁੰਦੇ ਜਵਾਬ ਪੁੱਠੇ ਸਿੱਧੇ ਹੁੰਦੇ ਆ ਕਈ ਸਵਾਲ ਪੁੱਠੇ ਸਿੱਧੇ ਦੇ ਜਵਾਬ ਵਧੀਆ ਹੁੰਦੇ ਆ ਚਲੋ ਰਾਮ ਹੁੰਗਾਰਾ ਜਿਹੜਾ ਹੈਗਾ ਉਹ ਤੁਹਾਡੇ ਰੂਬਰੂ ਕਰਦੇ ਹਾਂ ਜਗਰੂਪ ਸਿੰਘ ਇੰਡੀਆਨਾ ਤੋਂ ਇੰਡੀਆਨਾਪਲਿਸ ਤੋਂ ਉਹਨਾਂ ਨੇ ਪੁੱਛਿਆ ਸੀਗਾ ਕਹਿੰਦੇ ਆ ਹੀ ਸੇਮ ਗੱਲ ਹੀ ਸਵਾਲ ਪੁੱਛਿਆ ਸੀ ਉਹਨਾਂ ਨੇ ਉਹਦੇ ਕਿ ਭਾਰਤ ਵਿੱਚ ਕਰੋਨਾ ਧੜਾ ਧੜ ਫੈਲ ਰਿਹਾ ਕੀ ਇਹ ਸੱਚੀ ਹੈ ਜਾਂ ਕੋਈ ਸਰਕਾਰੀ ਚਾਲ ਹੈ ਦੇਖੋ ਜੀ ਕੁਛ ਨਹੀਂ ਕਹਿ ਸਕਦੇ ਜੀ ਭਾਰਤ ਬਾਰੇ ਸਾਰਾ ਕੁਝ ਹੀ ਸੱਚ ਹੈ ਜੇ ਸੱਚੀ ਹੈ ਤਾਂ ਵੀ ਸੱਚ ਹੈ ਅਤੇ ਜੇ ਨਹੀਂ ਸੱਚੀ ਤਾਂ ਵੀ ਸੱਚ ਹੈ ਵੈਸੇ ਪਤਾ ਕੋਈ ਨਹੀਂ ਸੱਚ ਕੀ ਹੈ ਸਾਡੇ ਇੱਥੋਂ ਗਏ ਨੇ ਕੋਈ ਜਾਣ ਪਛਾਣ ਵਾਲੇ ਇੰਡੀਆ ਉਹਨਾਂ ਨਾਲ ਗੱਲ ਹੋਈ ਸੀ ਅੱਜ ਸਵੇਰੇ ਹੀ ਵੀ ਭਾਈ ਕੀ ਮਾਹੌਲ ਆ ਕਰੋਨਾ ਦਾ ਉਹ ਕਹਿੰਦੇ ਪਤਾ ਨਹੀਂ ਜੀ ਸਾਨੂੰ ਤਾਂ ਕਰੋਨਾ ਦਾ ਮਾਹੌਲ ਅਸੀਂ ਅਨੰਦਪੁਰ ਸਾਹਿਬ ਵੀ ਜਾ ਕੇ ਆਏ ਹਾਂ ਅੰਮ੍ਰਿਤਸਰ ਵੀ ਜਾ ਕੇ ਆਏ ਹਾਂ ਅਤੇ ਹੋਰ 2-4 ਜਗ੍ਹਾ ਚੱਲੇ ਤਾਂ ਚੰਡੀਗੜ੍ਹ ਚੱਲੇ ਸੀ ਅੱਜ ਚੰਡੀਗੜ੍ਹ ਬੁੱਧਵਾਰ ਨੂੰ ਬੰਦ ਕੀਤਾ ਹੋਇਆ ਲੋਕਡਾਊਨ ਉਹਨਾਂ ਨੇ ਲਾਇਆ ਹੋਇਆ ਇਸ ਕਰਕੇ ਚੰਡੀਗੜ੍ਹ ਅੱਜ ਨਹੀਂ ਜਾ ਰਹੇ ਅਦਰਵਾਈਜ਼ ਅਸੀਂ ਕਾਫੀ ਕੁਛ ਘੁੰਮ ਕੇ ਆਏ ਹਾਂ ਅਤੇ ਉੱਥੇ ਪੁੱਛਿਆ ਵੀ ਕੀ ਮਾਹੌਲ ਹੈ ਉਹ ਕਹਿੰਦੇ ਜੀ ਮਾਹੌਲ ਤਾਂ ਕੁਛ ਨਹੀਂ ਕਹਿ ਸਕਦੇ ਅਤੇ ਪਰ ਆਰਾਮ ਨਾਲ ਸਾਰਾ ਕੁਝ ਜਿਹੜਾ ਉਹ ਚੱਲੀ ਜਾਂਦਾ ਜਿੰਨਾ ਕੁ ਅਸੀਂ ਦੇਖਿਆ ਸੋ ਭਾਈ ਜਗਰੂਪ ਸਿੰਘ ਜੀ ਕੁਛ ਨਹੀਂ ਕਹਿ ਸਕਦੇ ਇੰਡੀਆ ਦਾ ਵੀ ਕਿਹਦੇ ਵਿੱਚ ਕਿਹੜੀ ਚਾਲ ਆ ਤਾਂ ਵੈਸੇ ਤਾਂ ਜੀ ਇੰਡੀਆ ਮੇਰੇ ਖਿਆਲ ਸ਼ਾਇਦ ਹੀ ਇੱਕੋ ਇੱਕ ਐਸਾ ਦੇਸ਼ ਹੈ ਪੂਰੀ ਦੁਨੀਆ ਦੇ ਵਿੱਚ ਜਿੱਥੇ ਹਰ ਚੀਜ਼ ਰਾਜਨੀਤੀ ਤੋਂ ਪ੍ਰਭਾਵਿਤ ਹੈ ਹਰ ਚੀਜ਼ ਦੇ ਵਿੱਚ ਰਾਜਨੀਤੀ ਹੈ ਹਰ ਚੀਜ਼ ਕੋਈ ਵੀ ਚਾਹੇ ਉਹ ਖੇਡਾਂ ਲੈ ਲਓ ਐਜੂਕੇਸ਼ਨ ਲੈ ਲਓ
ਅਤੇ ਚਾਹੇ ਕੋਈ ਮਹਿਕਮਾ ਲੈ ਲਓ ਕਿਤੇ ਵੀ ਲੈ ਲਓ ਹਰ ਚੀਜ਼ ਦੇ ਉੱਤੇ ਰਾਜਨੀਤੀ ਭਾਰੂ ਇਹ ਤਾਂ ਹੋਰ ਛੱਡੋ ਧਰਮ ਦੇ ਉੱਪਰ ਵੀ ਰਾਜਨੀਤੀ ਭਾਰੂ ਉੱਥੇ ਹੈਗੀ ਹੈ ਇਸ ਕਰਕੇ ਕੋਈ ਨਹੀਂ ਕਹਿ ਸਕਦੇ ਜੀ ਕੀ ਸੱਚ ਹੈ ਕੀ ਝੂਠ ਹੈ ਤਾਂ ਪਰਮਾਤਮਾ ਹੀ ਜਾਣੇ ਲਵਪ੍ਰੀਤ ਕੌਰ ਹੈ ਜੀ ਮਿੱਸੀ ਸਾਗਾ ਤੋਂ ਇਹ ਕਹਿੰਦੇ ਅੰਕਲ ਜੀ ਤੁਹਾਡੇ ਇੱਕ ਪ੍ਰੋਗਰਾਮ ਦੇ ਵਿੱਚ ਸੁਣਿਆ ਸੀ ਕਿ ਵਿਹੜੇ ਆਈ ਜੰਨ ਅਤੇ ਵਿੰਨੋ ਕੁੜੀ ਦੇ ਕੰਨ ਇਹਦੇ ਬਾਰੇ ਮੈਂ ਆਪਣੀ ਮੰਮੀ ਕੋਲੋਂ ਪੁੱਛਿਆ ਸੀ ਵੀ ਇਹਦਾ ਕੀ ਮਤਲਬ ਹੈ ਤਾਂ ਉਹ ਕਹਿੰਦੇ ਵੀ ਤੂੰ ਆਪਣੇ ਜੱਗੀ ਅੰਕਲ ਕੋਲੇ ਪੁੱਛ ਲਈ ਸੋ ਤੁਸੀਂ ਦੱਸੋ ਵੀ ਇਹਦਾ ਕੀ ਮਤਲਬ ਹੈਗਾ ਵਿਹੜੇ ਆਈ ਜੰਨ ਵਿੰਨੋ ਕੁੜੀ ਦੇ ਕੰਨ ਮੇਰੇ ਖਿਆਲ ਅੱਜ ਕੱਲ੍ਹ ਦੇ ਬੱਚਿਆਂ ਨੂੰ ਇਹ ਚੀਜ਼ ਨਹੀਂ ਜ਼ਿਆਦਾ ਪਤਾ ਹੋਣੀ ਪੁਰਾਣੇ ਜਿਹੜੇ ਹੈਗੇ ਨੇ ਉਹਨਾਂ ਨੂੰ ਸਾਰਾ ਕੁਛ ਪਤਾ ਹੋਏਗਾ ਉਹਨਾਂ ਦੇ ਜ਼ਿਹਨ ਦੇ ਵਿੱਚ ਸਾਰਾ ਕੁਛ ਆ ਗਿਆ ਹੋਏਗਾ ਅਤੇ ਵੈਸੇ ਜਿਹੜੇ ਮੁਹਾਵਰੇ ਬਣੇ ਨੇ ਕਹਾਵਤਾਂ ਬਣੀਆਂ ਨੇ ਇੱਕ ਬਹੁਤ ਵੱਡੀ ਸਾਰੀ ਗੱਲ ਨੂੰ ਛੋਟੀ ਕਹਿਣ ਦੇ ਵਿੱਚ ਬਣੀਆਂ ਨੇ ਯਾਨੀ ਇਉਂ ਕਹਿ ਲਈਏ ਵੀ ਸਮੁੰਦਰ ਨੂੰ ਕੁੱਜੇ 'ਚ ਬੰਦ ਕਰਨਾ ਹੈ ਵਾਹ ਵਾਹ ਲੰਬਾ ਚੌੜਾ ਪੈਰਾਗ੍ਰਾਫ ਲਿਖਣ ਦੀ ਬਜਾਏ ਇੱਕ ਗੱਲ ਕਹਿ ਦਿਓ ਅਤੇ ਉਹਦਾ ਮਤਲਬ ਸੇਮ ਬਣ ਜਾਂਦਾ ਅਤੇ ਗੱਲ ਕਰੀਏ ਇਸ ਮੁਹਾਵਰੇ ਦੀ ਇਹਦਾ ਮਤਲਬ ਇਹ ਹੈ ਵੀ ਜਿਹੜੀ ਸਾਡੀ ਪੰਜਾਬੀਆਂ ਦੀ ਆਦਤ ਹੈ ਉਹਦੇ 'ਤੇ ਇਹ ਟੁੱਕਦਾ ਪੂਰਾ ਵੀ ਹਰ ਕੰਮ ਸਾਡੇ ਪੰਜਾਬੀਆਂ ਨੂੰ ਲਾਸਟ ਮੂਮੈਂਟ 'ਤੇ ਕਰਨ ਦੀ ਆਦਤ ਜਿਹੜੀ ਹੈ ਉਹਦੇ ਬਾਰੇ ਇਹ ਗੱਲ ਕਹੀ ਗਈ ਆ ਕਹਿਣ ਦਾ ਭਾਵ ਵੀ ਕੁੜੀ ਦਾ ਵਿਆਹ ਧਰਿਆ ਹੈ ਵਿਆਹ ਦੇ ਬਾਕੀ ਕੰਮ ਕਾਰ ਕਰੀ ਜਾਂਦੇ ਆ ਅਤੇ ਵਿੰਨੋ ਕੰਨ ਦਾ ਸ਼ਾਇਦ ਨਹੀਂ ਪਤਾ ਹੋਏਗਾ ਬੱਚਿਆਂ ਨੂੰ ਵੀ ਕੰਮ ਕਾਰ ਕਰੀ ਜਾਂਦੇ ਅਤੇ ਬਾਅਦ 'ਚ ਪਤਾ ਲੱਗਿਆ ਕੁੜੀ ਦੇ ਤਾਂ ਕੰਨ ਹੀ ਨਹੀਂ ਬਿੰਨੇ ਕੰਨ ਬਿੰਦੇ ਨੇ ਕੰਨਾਂ ਵਿੱਚ ਮੋਰੀਆਂ ਕਰਦੇ ਨੇ ਜਿਹੜੇ ਬੱਚਿਆਂ ਨੂੰ ਨਹੀਂ ਪਤਾ ਮੈਂ ਦੱਸਦੇ ਮੈਨੂੰ ਘਰਦੇ ਨੂੰ ਪੁੱਛ ਲਿਓ ਮੋਰੀਆਂ ਕਰਦੇ ਨੇ ਜਦੋਂ ਵਾਲੀਆਂ ਪਾਈ ਦੀਆਂ ਵੀ ਸੋਨੇ ਦੇ ਗਹਿਣੇ ਗੁਣੇ ਪਾਈ ਦੇ ਆ ਤਾਂ ਉਹ ਜਿਹੜੀ ਬਿੰਨ ਉਹਨੂੰ ਬਿੰਨਣਾ ਕਹਿੰਦਾ ਪਿੰਨ ਦੇ ਨਾਲ ਸੁਨਿਆਰੇ ਬਿੰਨਦੇ ਆ ਸੋ ਵੀ ਇੱਕ ਉੱਧਰੋਂ ਜੰਜ ਵੇ ਆ ਗਈ ਆ ਮੂਹਰੇ ਵਿਹੜੇ ਅਤੇ ਉੱਧਰੋਂ ਕਹਿੰਦੇ ਜੀ ਹੁਣ ਕੁੜੀ ਦੇ ਕੰਨ ਬਿੰਨੋ ਵੀ ਪਾਈ ਇਹਦੇ ਵਾਲੀਆਂ ਵੀ ਪਾਉਣੀਆਂ ਕੰਨਾਂ ਦੇ ਵਿੱਚ ਸੋ ਲਾਸਟ ਮੂਮੈਂਟ 'ਤੇ ਹਰ ਕੰਮ ਕਰਨ ਦੀ ਆਦਤ ਜਿਹੜੀ ਹੈਗੀ ਆ ਆਮ ਤੌਰ 'ਤੇ ਅਕਸਰ ਅਸੀਂ ਦੇਖਿਆ ਪੰਜਾਬ ਦੀ ਗੱਲ ਕਰ ਲਈਏ ਇੱਧਰਲੇ ਮੁਲਕਾਂ ਦੇ ਵਿੱਚ ਵੀ ਕਈ ਔਨਲਾਈਨ ਆਮ ਤੌਰ 'ਤੇ ਬਿੱਲ ਭਰਦੇ ਆ ਅਤੇ ਇੱਧਰਲੇ ਮੁਲਕ ਦੇ ਵਿੱਚ ਕਈ ਵਾਰੀ ਬੰਦਾ ਭੁੱਲ ਜਾਂਦਾ ਅਤੇ ਕਈ ਵਾਰੀ ਲੇਟ ਹੋ ਜਾਂਦਾ ਜਾਂ ਕਈ ਵਾਰੀ ਕਹਿੰਦਾ ਵੀ ਅੱਜ ਹੁਣ ਅਜੇ ਕੋਈ ਨਹੀਂ ਅੱਜ ਅਜੇ 21 ਤਰੀਕ ਹੋਈ ਆ 25 ਤਰੀਕ ਨੂੰ ਜਾਣਾ ਬਿੱਲ ਬਹੁਤ ਟਾਈਮ ਹੈ ਅਤੇ ਬਾਅਦ ਦੇ ਵਿੱਚ ਪਤਾ ਲੱਗਦਾ ਵੀ ਜਦੋਂ 25 ਨੂੰ ਬਿੱਲ ਟਾਈਮ ਸਿਰ ਨਹੀਂ ਜਾਂਦਾ ਔਨਲਾਈਨ ਵੀ ਕਲਿੱਕ ਕਰਨਾ ਹੁੰਦਾ ਟਿੱਕ ਦੇਣੀ ਲਾਈਨ 'ਚ ਨਹੀਂ ਲੱਗਣਾ ਹੁੰਦਾ ਤਾਂ ਫਿਰ ਜਦੋਂ ਪੈਨਲਟੀ ਪੈ ਜਾਂਦੀ ਹੈ ਤਾਂ ਫਿਰ ਬੰਦਾ ਦੇਖਦਾ ਓਹੋ ਯਾਰ ਇਹਨੂੰ ਕਹਿੰਦੇ ਨੇ ਵੀ ਵਿੰਨੋ ਕੁੜੀ ਦੇ ਕੰਨ ਪੰਜਾਬ ਦੀ ਵੀ ਗੱਲ ਕਰੀਏ ਲਾਈਨ ਲੱਗੀ ਹੁੰਦੀ ਹੈ ਤਾਂ ਵੀ ਆਖਰੀ ਡੇਟ 'ਤੇ ਬੰਦਾ ਪਹਿਲਾਂ ਸੋਚਦਾ ਕੋਈ ਨਹੀਂ ਚੱਲ ਕੱਲ੍ਹ ਕਰਾ ਦਾਂਗੇ ਅੱਜ ਬਿੱਲ ਲੈ ਕੇ ਬੰਦਾ ਸ਼ਹਿਰ ਨੂੰ ਜਾਂਦਾ ਸਕੂਟਰ ਨਾਲ ਸਕੂਟਰ ਜਾਂਦਾ ਕਰਦੇ ਕਹਿੰਦੇ ਬਿੱਲ ਜਮ੍ਹਾਂ ਕਰਾ ਦੀਆਂ ਚੇਤੇ ਆ ਉਹ ਜੇਬ 'ਚ ਪਾਇਆ ਹੁੰਦਾ ਕਿ ਅੱਜ ਤਾਂ ਹਜੇ 21 ਤਰੀਕ 23 ਆ ਚੱਲ ਕੱਲ੍ਹ ਨੂੰ ਵੀ ਗੇੜਾ ਲੱਗਣਾ ਹੀ ਆ ਕੱਲ੍ਹ ਕਰਾ ਦਾਂਗੇ ਕੱਲ੍ਹ ਨੂੰ ਕਹਿੰਦਾ ਪਰਸੋਂ ਗੇੜਾ ਲੱਗਣਾ ਪਰਸੋਂ ਕਰਾ ਦਾ ਪਰਸੋਂ ਅਖੀਰ ਫਿਰ ਲੇਟ ਫੀਸ ਦੇ ਕੇ ਖੜਾ ਛੁੱਟਦਾ ਸੋ ਇਹਨੂੰ ਅਸੀਂ ਕਹਿ ਦਿੰਦੇ ਹਾਂ ਵਿਹੜੇ ਆਈ ਜੰਨ ਅਤੇ ਵਿੰਨੋ ਕੁੜੀ ਦੇ ਕੰਨ ਇਹ ਜੀ ਹਰਨੀਤ ਕੌਰ ਮਿਲਵਾਕੀ ਤੋਂ ਇਹ ਬੱਚੇ ਸਾਨੂੰ ਬਹੁਤ ਮਿਲੇ ਸੀ ਉੱਥੇ ਔਰ ਬੜਾ ਵਧੀਆ ਲੱਗਿਆ ਬਰੁੱਕਫੀਲਡ ਗੁਰੂ ਘਰ ਦੇ ਵਿੱਚ ਇਹ ਮਿਲੇ ਸੀ ਨਾ ਲਿਖਿਆ ਵੀ ਤੁਸੀਂ ਗੁਰੂ ਘਰ ਆਏ ਸੀ ਅਤੇ ਅਸੀਂ ਤੁਹਾਨੂੰ ਮਿਲੇ ਸੀ ਦੋ ਗੁਰੂ ਘਰ ਨੇ ਇੱਕ ਓਕ ਕ੍ਰੀਕ ਅਤੇ ਇੱਕ ਬਰੁੱਕਫੀਲਡ ਦੇ ਵਿੱਚ ਬਰੁੱਕਫੀਲਡ ਦੋਨਾਂ ਗੁਰੂ ਘਰ 'ਚ ਗਏ ਸੀ ਇਹ ਸਾਨੂੰ ਬੱਚੇ ਉੱਥੇ ਮਿਲੇ ਸੀ ਹਰਨੀਤ ਕੌਰ ਜਿਹੜੇ ਕਿ ਸ਼ਬਦ ਵੀ ਪੜ੍ਹਦੇ ਨੇ ਗੁਰੂ ਘਰ ਦੇ ਵਿੱਚ ਬੜੀ ਚੰਗੀ ਗੱਲ ਆ ਉਹ ਕਹਿੰਦੇ ਵੀ ਤੁਸੀਂ ਮਿਲੇ ਸੀ ਜਦੋਂ ਤੁਸੀਂ ਆਪਣੀ ਕਹਿੰਦੀ ਪਰ ਮੇਰਾ ਸਵਾਲ ਇਹ ਹੈ ਕਿ ਜਦੋਂ ਤੁਸੀਂ ਆਪਣੀ ਪਤਨੀ ਨਾਲ ਲੜਦੇ ਹੋ ਅਤੇ ਵੱਧ ਤੋਂ ਵੱਧ ਕਿੰਨੀ ਦੇਰ ਲੜਿਓ ਅਤੇ ਆਖਰ ਮਨਾਉਂਦਾ ਕੌਣ ਹੈ ਦੇਖੋ ਜੀ ਬੱਚੇ ਬੜੇ ਸ਼ਰਾਰਤੀ ਹੁੰਦੇ ਆ ਔਰ ਬਹੁਤ ਵਧੀਆ ਇਹਨਾਂ ਨੇ ਉੱਥੇ ਸ਼ਬਦ ਪੜ੍ਹੇ ਸੀ ਪਰ ਸਵਾਲ ਬੜਾ ਕਸੂਤਾ ਪੁੱਛਿਆ ਪਤਾ ਨਹੀਂ ਮੇਰੀ ਸ਼ਕਲ ਦੇਖ ਕੇ ਪੁੱਛਿਆ ਜਾਂ ਕੀ ਹਿਸਾਬ ਕਿਤਾਬ ਆ ਜਾਂ ਕੋਈ ਗੱਲਾਂ ਗੁੱਲਾਂ ਇਹੋ ਜਿਹੀਆਂ ਕੀਤੀਆਂ ਉੱਥੇ ਬਾਅਦ ਦੇ ਵਿੱਚ ਬੈਠ ਕੇ ਅਤੇ ਤਾਂ ਪੁੱਛਿਆ ਇਹਦੇ 'ਚ ਪੁੱਤਰ ਜੀ ਇਹ ਹੈ ਕਿ ਪਤੀ ਪਤਨੀ ਦੇ ਲੜਦੇ ਹੁਣ ਇਹਦਾ ਵੱਧ ਤੋਂ ਵੱਧ ਟਾਈਮ ਤਾਂ ਨਹੀਂ ਕਦੇ ਨੋਟ ਕੀਤਾ ਵੀ ਕਿੰਨੇ ਟਾਈਮ ਲੜੇ ਆ ਵੱਧ ਤੋਂ ਵੱਧ ਕੁਝ ਲੜਦੇ ਜ਼ਰੂਰ ਇਹਦੀ ਐਸੀ ਗੱਲ ਨਹੀਂ ਹੈਗੀ ਜਿਹੜੀ ਮਨਾਉਣ ਦੀ ਗੱਲ ਹੈ ਉਹ ਇੱਕ ਹਮੇਸ਼ਾ ਹੀ ਸ਼ਾਇਦ ਤੁਹਾਨੂੰ ਪਤਾ ਹੋਏਗਾ ਤੁਹਾਡੇ ਘਰ 'ਚ ਮੰਮੀ ਪਾਪਾ ਹੋਣਗੇ ਜਾਂ ਕੋਈ ਨਾ ਕੋਈ ਹੋਣਗੇ ਵਿਆਹੇ ਹੋਏ ਬੰਦੇ ਅਤੇ ਉਹਨਾਂ ਦਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਮਨਾਉਣ ਦਾ ਕੰਮ ਸਿਰਫ ਅਤੇ ਸਿਰਫ ਹਸਬੈਂਡ ਦਾ ਹੀ ਹੁੰਦਾ ਹੈ ਸਿਆਣੇ ਤਾਂ ਕਹਿੰਦੇ ਵੀ ਹਸਬੈਂਡ ਜਿਹੜਾ ਹੈਗਾ ਨਾ ਜੀ ਘਰ ਦੇ ਵਿੱਚ ਇੱਕ ਐਸੀ ਚੀਜ਼ ਹੁੰਦੀ ਹੈ ਐਸਾ ਨਾਮ ਹੁੰਦਾ ਵੀ ਜਿਹਨੂੰ ਇੱਕ ਤਾਂ ਪਹਿਲੀ ਗੱਲ ਤਾਂ ਕੋਈ ਗਲਤੀ ਕਿਸੇ ਦੀ ਹੋਵੇ ਉਹਦੇ 'ਤੇ ਥੋਪਣੀ ਹੁੰਦੀ ਹੈ ਇੱਕ ਐਸਾ ਬੰਦਾ ਹੁੰਦਾ ਗਲਤੀ ਨਿਆਣੇ ਦੀ ਵੀ ਆ ਉਹ ਵੀ ਉਹਦੇ 'ਤੇ ਥੁੱਕਣੀ ਉਹਨਾਂ ਦੇ ਪਿਓ 'ਤੇ ਵੀ ਇਹ ਲੈ ਤੇਰਾ ਕਰਕੇ ਹੋਇਆ ਸਾਰਾ ਕੁਝ ਸੋ ਇਹ ਚੀਜ਼ ਹੁੰਦੀ ਹੈ ਵੈਸੇ ਵੀ ਕੋਈ ਮੈਨੂੰ ਪੁੱਛਿਆ ਸੀ ਕਿਸੇ ਨੇ ਬਈ ਪਤਨੀ ਦੀ ਡੈਫੀਨੇਸ਼ਨ ਕੀ ਹੈ ਪਰਿਭਾਸ਼ਾ ਕੀ ਹੈ ਅਤੇ ਉਹ ਫਿਰ ਮੈਂ ਦੱਸਿਆ ਸੀ ਉਦੋਂ ਕੈਸਟ ਦੇ ਵਿੱਚ ਵੀ ਅਸੀਂ ਕੀਤਾ ਸੀ ਕਿ ਪਤਨੀ ਉਹਨੂੰ ਕਹਿੰਦੇ ਨੇ ਜੋ ਟੋਕ ਟੋਕ ਕੇ ਟੋਕ ਟੋਕ ਕੇ ਟੋਕ ਟੋਕ ਕੇ 10 ਸਾਲਾਂ ਦੇ ਵਿੱਚ ਤੁਹਾਡੀਆਂ ਸਾਰੀਆਂ ਆਦਤਾਂ ਬਦਲ ਦਿੰਦੀ ਹੈ ਅਤੇ ਫਿਰ ਸਾਰੀ ਉਮਰ ਇੱਕੋ ਤਾਨਾ ਦਿੰਦੀ ਹੈ ਜੀ ਤੁਸੀਂ ਪਹਿਲਾਂ ਵਰਗੇ ਨਹੀਂ ਰਹੇ
ਸੋ ਇਹ ਚੀਜ਼ਾਂ ਪਤੀ ਪਤਨੀ ਦੇ ਜੋਕ ਅੱਜ ਵੈਸੇ ਅੱਜ ਦੇ ਦਿਨ ਸੋਸ਼ਲ ਰਿਸ਼ਤਿਆਂ ਦੀ ਗੱਲਬਾਤ ਹੁੰਦੀ ਆ ਤੁਸੀਂ ਵਧੀਆ ਸਵਾਲ ਪੁੱਛ ਲਿਆ ਕਾਫੀ ਦੇਰ ਬਾਅਦ ਇਹੋ ਜਿਹਾ ਮਾਹੌਲ ਬਣਿਆ ਫਿਰ ਵੀ ਦੁਬਾਰਾ ਅਸੀਂ ਇਹੋ ਜਿਹੇ ਵਿਸ਼ੇ ਰੱਖਣ ਦੀ ਕੋਸ਼ਿਸ਼ ਕਰਾਂਗੇ ਅਮਰਪਾਲ ਸ਼ਰਮਾ ਸਿਡਨੀ ਤੋਂ ਇੱਕ ਦਿਨ ਮੈਂ ਲੀਡਰ ਬਣਨਾ ਚਾਹੁੰਦਾ ਪੰਜਾਬ ਦੇ ਵਿੱਚ ਕੋਈ ਨੁਸਖਾ ਦੱਸੋ ਨੁਸਖਾ ਹੁਣ ਇਹਦੇ 'ਚ ਕੀ ਦੱਸ ਸਕਦੀ ਹੈ ਲੀਡਰ ਦੱਸ ਸਕਦੇ ਨੇ ਤੁਸੀਂ ਕਿ ਲੀਡਰ ਨੂੰ ਨੁਸਖਾ ਪੁੱਛਦੇ ਤਾਂ ਵਧੀਆ ਸੀ ਉਹਨੇ ਦੱਸ ਦੇਣਾ ਸੀ ਭਾਈ ਤੂੰ ਮੇਰਾ ਚੇਲਾ ਬਣ ਕਿੰਨੇ ਕਰੋੜ ਤੇਰੇ ਕੋਲ ਹੈਗਾ ਸਭ ਤੋਂ ਪਹਿਲਾਂ ਤਾਂ ਇਹ ਦੱਸ ਕਿੰਨੀ ਜ਼ਮੀਨ ਜਾਇਦਾਦ ਹੈਗੀ ਹੈ ਪੰਜਾਬ ਦੇ ਵਿੱਚ ਕਾਫੀ ਜਿਹੜੇ ਹੈਗੇ ਮੈਕਸੀਮਮ ਲੀਡਰ ਹੈਗੇ ਨੇ ਉਹ ਪੈਸੇ ਦੇ ਜ਼ੋਰ 'ਤੇ ਬਣੇ ਨੇ ਪਾਰਟੀ ਫੰਡ ਦਿਓ ਪਾਰਟੀ ਨੂੰ ਪਹਿਲਾਂ ਜਿਹੜੀ ਪਾਰਟੀ ਦਾ ਲੀਡਰ ਬਣਨਾ ਅਤੇ ਉਦੋਂ ਬਾਅਦ ਜਿਹੜੇ ਗੁਣ ਨੇ ਗੁਣ ਕਹਿ ਲਓ ਗੁਰ ਕਹਿ ਲਓ ਉਹ ਤੁਹਾਨੂੰ ਉਹ ਲੀਡਰ ਸਿਖਾ ਦੇਗਾ ਵੀ ਕਿੰਨਾ ਕੁ ਝੂਠ ਬੋਲਣਾ ਕਿਵੇਂ ਲੋਕਾਂ ਨੂੰ ਚਾਰਨਾ ਅਤੇ ਕਿਵੇਂ ਲੋਕਾਂ ਦੇ ਕੋਲੋਂ ਪੈਸਾ ਕਢਾਉਣਾ ਅਤੇ ਕਿਵੇਂ ਵੋਟ ਲੋਕਾਂ ਦੇ ਕੋਲੋਂ ਵੋਟਾਂ ਪਵਾਉਣੀਆਂ ਇਹ ਬੰਦਾ ਉਹ ਦੱਸ ਦੇਗਾ ਵੈਸੇ ਮੈਂ ਤੁਹਾਨੂੰ ਦੱਸਦਾ ਦੋ ਕੰਮ ਇੱਕੋ ਜਿਹੀ ਆ ਕੋਈ ਬਾਹਲੀ ਮਿਹਨਤ ਨਹੀਂ ਇਹਦੇ 'ਤੇ ਕਰਨੀ ਪੈਂਦੀ ਥੋੜ੍ਹਾ ਜਿਹਾ ਦਿਮਾਗ ਹੀ ਬਦਲਣਾ ਪੈਂਦਾ ਇੱਕ ਬਾਬੇ ਬਣ ਜਾਓ ਚਾਹੇ ਪੰਜਾਬ ਦੇ ਵਿੱਚ ਅਤੇ ਚਾਹੇ ਲੀਡਰ ਬਣ ਜਾਓ ਨੁਸਖਾ ਜਾਂ ਕਹਿ ਲਓ ਜਾਂ ਰੈਸਪੀ ਜਿਹੜੀ ਇਹਦੀ ਹੈਗੀ ਉਹ ਸੇਮ ਹੀ ਹੋਏਗੀ ਦੋਹਾਂ ਦੀ ਔਰ ਰੈਸਪੀ ਕਿਹੜੀ ਹੋਏਗੀ ਇਹ ਵੀ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੀ ਹੋਣਾ ਵੀ ਰੈਸਪੀ ਕਿਹੜੀ ਹੋ ਸਕਦੀ ਹੈ ਆਖਰੀ ਸਵਾਲ ਲੈਂਦੇ ਹਾਂ ਗੁਰਮਨ ਸਿੰਘ ਜੀ ਟੋਰਾਂਟੋ ਤੋਂ ਇਹ ਕਹਿੰਦੇ ਵੀ ਅੱਜ ਕੱਲ੍ਹ ਤਾਂ ਛੁੱਟੀ ਮਾਰਨ ਦਾ ਕੋਈ ਬਹਾਨਾ ਲੱਭਣਾ ਨਹੀਂ ਪੈਂਦਾ ਬੱਚਿਆਂ ਨੂੰ ਅੱਜ ਕੱਲ੍ਹ ਦੇ ਵੇਲੇ ਛੁੱਟੀ ਮਾਰਨ ਦਾ ਕੋਈ ਖਾਸ ਬਹਾਨਾ ਨਹੀਂ ਲੱਭਣਾ ਪੈਂਦਾ ਅਤੇ ਪਹਿਲੇ ਸਮਿਆਂ ਦੇ ਵਿੱਚ ਬੱਚੇ ਛੁੱਟੀ ਮਾਰਨ ਵੇਲੇ ਕਿਹੜਾ ਬਹਾਨਾ ਮਾਰਦੇ ਸੀ ਦੇਖੋ ਜੀ ਸਾਡੇ ਵੇਲੇ ਸਭ ਤੋਂ ਪਹਿਲਾਂ ਜਿਹੜਾ ਸਾਡੇ ਵੇਲੇ ਦਾ ਬਹਾਨਾ ਚੱਲੋ ਢਿੱਡ ਦੁਖਦਾ ਜੀ ਮੇਰਾ ਢਿੱਡ ਦੁਖਦਾ ਕਹਿ ਦਿਓ ਨਾ ਤਾਂ ਕੋਈ ਚੈੱਕ ਕਰ ਸਕਦਾ ਨਾ ਕੋਈ ਥਰਮਾਮੀਟਰ ਬਣਿਆ ਢਿੱਡ ਦੁਖਦਾ ਚੈੱਕ ਕਰਨ ਵਾਸਤੇ ਅਤੇ ਇਹ ਬਹਾਨਾ ਚੱਲਦਾ ਸੀ ਬਹੁਤ ਅਤੇ ਇੱਕ ਇਹ ਵੀ ਕਹਾਵਤ ਹੈਗੀ ਆ ਸਟੂਡੈਂਟ ਦੀ ਦਾਦੀ ਅਤੇ ਮਿਸਤਰੀ ਦਾ ਰਿਸ਼ਤੇਦਾਰ ਹਰ ਹਫ਼ਤੇ ਮਰਦਾ ਮਿਸਤਰੀ ਤੁਹਾਡੇ ਘਰ ਲੱਗਿਆ ਅਤੇ ਉਹਦਾ ਵੀ ਹਰ ਹਫ਼ਤੇ ਛੁੱਟੀ ਮਾਰ ਦਿਓ ਪੁੱਛੋ ਵੀ ਕੱਲ੍ਹ ਤੂੰ ਆਇਆ ਨਹੀਂ ਯਾਰ ਕੰਮ ਵਿੱਚੇ ਖੜਾਤਾ ਤੂੰ ਕਹਿੰਦਾ ਮੇਰੇ ਪੂਰਾ ਕਰ ਦੇਣਾ ਉਹ ਕਹਿੰਦਾ ਕਿ ਮੇਰਾ ਰਿਸ਼ਤੇਦਾਰ ਮਰ ਗਿਆ ਸੀ ਹਰ ਹਫ਼ਤੇ ਦਾ ਰਿਸ਼ਤੇਦਾਰ ਮਰਨਾ ਬੱਚਿਆਂ ਦੀ ਦਾਦੀ ਮਰਨੀ ਉਹਨੇ ਸਕੂਲੇ ਅਤੇ ਇੱਕ ਵਾਰੀ ਉਹ ਕੋਈ ਬੱਚਾ 5-7 ਵਜੇ ਦਿਨ ਸਕੂਲੇ ਨਹੀਂ ਗਿਆ ਅਤੇ ਉਹਦੀ ਟੀਚਰ ਆ ਗਈ ਪਿੰਡ ਦੇ ਵਿੱਚ ਵੀ ਪਤਾ ਕਰਾਂ ਕੀ ਗੱਲ ਖੈਰ ਸੁੱਖ ਆ ਅਤੇ ਉਹ ਜਦੋਂ ਉਹਨੇ ਚੀਤਾਂ ਵੱਜਦੀ ਦੇਖਿਆ ਉਹਦੀ ਦਾਦੀ ਨੇ ਬੱਚੇ ਦੀ ਨੇ ਕਹਿੰਦੀ ਲੁਕ ਜਾ ਤੇਰੀ ਟੀਚਰ ਆ ਰਹੀ ਹੈ ਲੁਕ ਜਾ ਤੂੰ ਤੇਰੀ ਭੈਣ ਜੀ ਆ ਰਹੀ ਸਕੂਲ ਵਾਲੀ ਉਹ ਕਹਿੰਦਾ ਨਹੀਂ ਦਾਦੀ ਮੈਨੂੰ ਲੁਕਣ ਦੀ ਲੋੜ ਨਹੀਂ ਤੁਸੀਂ ਲੁਕੋ ਉਹ ਕਹਿੰਦੀ ਮੈਂ ਕਿਉਂ ਲੁਕਾਂ ਕਹਿੰਦਾ ਮੈਂ ਇਹੀ ਕਹਿ ਕੇ ਛੁੱਟੀ ਲਈ ਮੇਰੀ ਦਾਦੀ ਮਰ ਗਈ ਇਸ ਕਰਕੇ ਤੁਸੀਂ ਲੁਕ ਜਾਓ ਆਸੇ ਪਾਸੇ ਹੋ ਜਾਓ ਸਾਹਮਣੇ ਨਾ ਆਇਓ ਸੋ ਇਹ ਗੱਲਾਂ ਬਾਤਾਂ ਹੈਗੀਆਂ ਸ਼ੁਗਲ ਮੇਲੇ ਦੀਆਂ ਅਤੇ ਬ੍ਰੇਕ ਤੋਂ ਬਾਅਦ ਫਿਰ ਬਹੁਤ ਹੀ ਵਧੀਆ ਗੱਲਾਂ ਜਿਹੜੀਆਂ ਅਕਸਰ ਅੱਜ ਦੇ ਦਿਨ ਹੁੰਦੀਆਂ ਔਰ ਬਹੁਤ ਸਾਰੇ ਦਰਸ਼ਕ ਸਾਡੇ ਬਹੁਤ ਪਸੰਦ ਕਰਦੇ ਨੇ ਜਾਣਕਾਰੀ ਭਰਪੂਰ ਸਿੱਖਿਆ ਭਰਪੂਰ ਗਿਆਨ ਭਰਪੂਰ ਗੱਲਾਂ ਜਿਹੜੀਆਂ ਉਹ ਬ੍ਰੇਕ ਤੋਂ ਬਾਅਦ ਹੋਣਗੀਆਂ ਇਸ ਪ੍ਰੋਗਰਾਮ ਦਾ ਰੂਪਰੇਖਾ ਹੀ ਐਸੀ ਹੈ ਜੀ ਕਦੇ ਯੂ ਟਰਨ ਮਾਰ ਕੇ ਇੱਧਰ ਨੂੰ ਅਤੇ ਕਦੇ ਯੂ ਟਰਨ ਮਾਰ ਕੇ ਉੱਧਰ ਨੂੰ ਅਤੇ ਪ੍ਰਮੁੱਖ ਦੀ ਗੱਲ ਇਹ ਹੈ ਜੀ ਚੰਗਾ ਮਾੜਾ ਤੁਸੀਂ ਸਾਰੇ ਪਸੰਦ ਕਰਦੇ ਹੋ ਇੰਨਾ ਬਹੁਤ ਮੇਰੇ ਵਾਸਤੇ ਖੁਸ਼ੀ ਦੀ ਗੱਲ ਆ ਬੜੇ ਮਾਣ ਦੀ ਗੱਲ ਆ ਪਰਮਾਤਮਾ ਦਾ ਸ਼ੁਕਰ ਕਰਦੇ ਤੁਹਾਡਾ ਸਭ ਦਾ ਸ਼ੁਕਰ ਕਰਦੀ ਆ ਇੱਕ ਬ੍ਰੇਕ ਲੈਂਦੇ ਹਾਂ ਬ੍ਰੇਕ ਤੋਂ ਫਿਰ ਹਾਜ਼ਰ ਹੋਵਾਂਗੇ ਤਾਂ ਅਰਜਨ ਸਿੰਘ ਅਣਜਾਣ ਸਾਹਿਬ ਸਾਡੇ ਨਾਲ ਜੁੜਨਗੇ ਦੇਖਦੇ ਰਹੋ ਜਸ ਪੰਜਾਬੀ ਹਾਜ਼ਰ ਹੈ ਜੀ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ ਅਤੇ ਨਾਲ ਦੀ ਨਾਲ ਸਾਡੀ ਜਿਹੜੀ ਗੱਲਬਾਤ ਚੱਲ ਰਹੀ ਸੀਗੀ ਹਜੇ ਵਿਸ਼ਾ ਆਪਾਂ ਨਹੀਂ ਰੱਖਿਆ ਕੋਈ ਵਿਸ਼ਾ ਥੋੜ੍ਹੀ ਦੇਰ ਬਾਅਦ ਰੱਖਾਂਗੇ ਕਿਉਂਕਿ ਸਰਦਾਰ ਅਰਜਨ ਸਿੰਘ ਜੀ ਅਣਜਾਣ ਸਾਹਿਬ ਉਹਨਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਬਹੁਤ ਕੀਮਤੀ ਹੁੰਦੀਆਂ ਸਾਡੇ ਵਾਸਤੇ ਟੀ ਵੀ 'ਤੇ ਤਾਂ ਔਨ ਏਅਰ ਗੱਲ ਕਰਦੇ ਹੀ ਕਰਦੇ ਨੇ ਪਰ ਜਦੋਂ ਅਸੀਂ ਵੈਸੇ ਵੀ ਆਫ ਏਅਰ ਵੀ ਗੱਲ ਕਰਦੇ ਹਾਂ ਤਾਂ ਬੜਾ ਕੁਛ ਉਹਨਾਂ ਕੋਲੋਂ ਸਿੱਖਣ ਨੂੰ ਮਿਲਦਾ ਹੈਗਾ ਸੋ ਆਹ ਸੈਗਮੈਂਟ ਜਿਹੜਾ ਅਸੀਂ ਅਰਜਨ ਸਿੰਘ ਜੀ ਅਣਜਾਣ ਸਾਹਿਬ ਦੇ ਨਾਲ ਕਰਾਂਗੇ ਜੀ ਉਹਨਾਂ ਦੇ ਵਿਚਾਰ ਸੁਣਾਂਗੇ ਅਤੇ ਉਸ ਤੋਂ ਅਗਲੇ ਸੈਗਮੈਂਟ ਤੋਂ ਆਪਾਂ ਫਿਰ ਤੁਹਾਡੀਆਂ ਕਾਲਾਂ ਜਿਹੜੀਆਂ ਉਹ ਲੈਣੀਆਂ ਸ਼ੁਰੂ ਕਰਾਂਗੇ ਜੀ ਜੀ ਅਣਜਾਣ ਸਾਹਿਬ ਜੀ ਅਣਜਾਣ ਸਾਹਿਬ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਜੀ ਓਕੇ ਧੰਨਵਾਦ ਧੰਨਵਾਦ ਅੱਜ ਸਾਡੇ ਦਰਸ਼ਕਾਂ ਨੂੰ ਖੁਸ਼ੀ ਹੋਏਗੀ ਜੀ ਕਾਫੀ ਦਿਨਾਂ ਬਾਅਦ ਮੇਰੇ ਖਿਆਲ 2-3 ਹਫ਼ਤੇ ਹੋ ਗਏ 3 ਕੁ ਹਫ਼ਤੇ ਅਤੇ ਦਰਸ਼ਨ ਦਿੱਤੇ ਤੁਸੀਂ ਚੱਲ ਬੋਲਿਆ ਉੱਥੇ ਚੱਲੀਏ ਜਿੱਥੇ ਰਹਿੰਦੇ ਸਾਰੇ ਅੰਨੇ ਜੀ ਨਾ ਕੋਈ ਸਾਡੀ ਜਾਤ ਪਛਾਣੇ ਤੇ ਨਾ ਕੋਈ ਸਾਡੀ ਮੰਨੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ ਚਾਰ ਕੁੰਟ ਦੈ ਦਿਸ ਪਰ ਮੈਂ ਥੱਕ ਆਏ ਪ੍ਰਭ ਕੀ ਸ਼ਾਮ ਜੀ ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ ਜੀ ਵਿਛੜਿਆ ਮੇਲੇ ਪ੍ਰਭੂ ਹਰ ਦਰ ਗਏ ਕਾਬਸੀਤ ਵਾਹ ਜੀ ਵਾਹ ਜੀ ਉਹ ਤੇ ਮੇਲ ਦੂਗਾ ਉਹ ਤੇ ਧਿਆਨ ਉਹ ਤੇ
ਸਾਰਿਆਂ ਦਾ ਸਦਾ ਹੀ ਰਾਖਾ ਆ, ਪਰ ਅਸੀਂ ਕਿੱਥੇ ਬੈਠੇ ਹਾਂ ਜੀ? ਮਾਇਆ ਸਗਲ ਜਗ ਛਾਇਆ, ਕਾਮਣ ਹੇਤ ਕਾਮਲ ਪਾਇਆ, ਸੁੱਤ ਕੰਚਨ ਸੋ ਹੇਤ ਵਧਾਇਆ, ਸਭ ਕੁਛ ਆਪਣਾ ਇੱਕ ਰਾਮ ਪਰਾਇਆ ਜੀ। ਸਭ ਕੁਛ ਸਾਡਾ ਹੋ ਰਿਹਾ ਤੇ ਅਸੀਂ ਸਾਰਿਆਂ ਦੇ, ਪਰ ਰਾਮ ਨਹੀਂ ਸਾਡਾ ਜੀ। ਤੇ ਓਦਾਂ ਜਦੋਂ ਲੋੜ ਪਏ ਤੇ ਫਿਰ ਅਸੀਂ ਉਹਨੂੰ ਉਹਦੀਆਂ ਹੀ ਬਣਤਰਾਂ ਸਾਰੀਆਂ ਜੀ। ਤੇ ਸਭ ਤੋਂ ਪਹਿਲਾਂ ਆਪ ਤੇ ਦਰਸ਼ਕਾਂ ਨੂੰ ਫਤਿਹ ਅਰਜ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮਿਹਰਬਾਨੀ ਬਹੁਤ, ਹਾਂਜੀ। ਤੇ ਆਪ ਚੰਗਾ ਟੂਰ 'ਚ ਲੰਮਾ ਲਾ ਕੇ ਆਏ, ਸੰਗਤਾਂ ਦੀਆਂ ਰੌਣਕਾਂ ਦਿਖਾ ਕੇ ਆਈਆਂ, ਉਹਦਾ ਸ਼ਾਬਾਸ਼ ਤੁਹਾਡੀ ਜੀ, ਬਹੁਤ ਮਿਹਰਬਾਨੀ ਜੀ। ਪਿਛਲੇ ਸਮੇਂ 'ਚ ਤੁਹਾਡੇ ਨਾਲ ਇੱਕ ਦਵਾਈ ਦੀ ਗੱਲ ਕਰਦੇ ਸੀ, ਉਹ ਸਮੇਂ 'ਚ ਆਈ ਸੀ ਉੱਦਣ? ਹਾਂਜੀ, ਤੁਸੀਂ ਦੱਸਿਆ ਸੀ, ਮੈਂ ਮੈਨੂੰ ਬਾਅਦ 'ਚ ਫੋਨ ਵੀ ਆਇਆ ਸੀ, ਵੀ ਤੁਹਾਡਾ ਨੰਬਰ ਦਿੱਤਾ ਸੀ ਉਹਨਾਂ ਨੂੰ। ਚਲੋ ਮੈਂ ਕਿਹਾ ਜੇ ਨਾ ਉਹ ਤਾਂ ਮੁੜ ਕੇ ਮਾਨਸ ਜਾਮੇ ਤੇ ਆਪਣੇ ਆਪ ਤੇ ਅਫਸੋਸ ਆਉਂਦਾ ਦੇਖ ਕੇ, ਜਦੋਂ ਮਾਨਸ ਜਾਮੇ ਨੂੰ ਦੇਖਿਆ ਜੀ। ਜੱਗੀ ਜੀ, ਇਹਦੀ ਬਣਤਰ ਜਦੋਂ ਕੁਦਰਤ ਨੇ ਬਣਾਈ ਦੇਖੀ ਆ, ਤੇ ਇਹਦੇ ਤੇ ਅਸੀਂ ਤੇ ਇੱਕੋ ਹੀ ਗੱਲ ਬਣ ਲਈ ਅਸੀਂ, ਵੀ ਮੈਂ ਹੀ ਹਾਂ ਤੇ ਮੈਂ ਹੀ ਕਰਦਾ ਤੇ ਮੈਨੂੰ ਹੀ ਪਤਾ, ਇਹਨੂੰ ਚੋਪੜੀ ਜਾਂਦੇ ਹਾਂ ਤੇ ਇਹਦੀ ਬਣਤਰ ਦੇ ਨੀ ਦੇਖਦੇ ਵੀ ਦਾਤੇ ਨੇ ਇਹਦੇ ਵਿੱਚ ਵੀ ਇੱਕੇ ਵੀੜੀ ਪਾਤਾ ਜੋ ਕੁਛ ਪਾਉਣਾ ਸੀ ਤੇ ਬੰਦੇ ਦੇ ਵਿੱਚ, ਤੇ ਜਿਹੜੀ ਧਰਤੀ ਮਾਤਾ ਇਹਦੇ ਵਿੱਚ ਵੀ ਇੱਕੇ ਵਾਰੀ ਪਾਤਾ, ਇਹਨਾਂ 'ਚ ਵਾਰ ਵਾਰ ਨਹੀਂ ਪਾਉਣਾ ਪਿਆ ਜੀ। ਧਰਤੀ ਵਿੱਚ ਕਿੰਨੇ ਖਣਿਜ ਆ ਗਿਣੇ ਨਹੀਂ ਜਾ ਸਕਦੇ ਜੀ, ਬਿਲਕੁਲ। ਲੱਖ ਪਤਾਲਾਂ ਪਤਾਲ ਤੇ ਲੱਖ ਆਗਾਸਾਂ ਆਗਾਸ, ਓੜਕ ਓੜਕ ਭਾਲ ਥੱਕੇ ਵੇਦ ਕਹਿਣ ਕੁਮਾਰ ਜੀ। ਭਾਲਿਆਂ ਕਿਸੇ ਨੂੰ ਨਹੀਂ ਲੱਭੇ, ਅੰਤ ਨਹੀਂ ਆਇਆ ਜੀ। ਤੇ ਪਰ ਇਹਦੀ ਬਣਾਵਟ ਜਦੋਂ ਕੁਦਰਤ ਨੇ ਇੰਨਾ ਸੋਹਣਾ ਮਾਨਸ ਜਾਮਾ ਸਾਨੂੰ ਦਿੱਤਾ, ਤੇ ਇਹਦੇ ਵਿੱਚ ਸਭ ਕੁਛ, ਇਹਦੇ ਤੁਰਨ ਵਾਸਤੇ ਵੀ ਨਾਲ ਪੈਰ ਕਿੱਦਾਂ ਬਣਾ ਕੇ ਦਿੱਤੇ, ਉਦਾਂ ਗੋਲ ਗੱਡੀਆਂ ਨਾਲ ਕਿੱਦਾਂ ਲੱਗਦੇ, ਤੇ ਇਹਨੂੰ ਪੈਰ ਲੱਤਾਂ ਤੋਂ ਗੋਡਿਆਂ ਤੋਂ ਜੇ ਧਿਆਨ ਦੇਈਏ ਤੇ ਉਹ ਕਿੰਨੀਆਂ ਥਾਵਾਂ ਤੋਂ ਮੁੜ ਕੇ ਤੇ ਵਾਰ ਵਾਰ ਪੈਰ ਚੱਕ ਕੇ ਤੇ ਪੈਂਡਾ ਉੱਥੇ ਸਾਰੇ ਸਰੀਰ ਨੂੰ ਚੱਕ ਕੇ ਕਰੀ ਜਾਂਦੇ ਆ ਜੀ, ਬਿਲਕੁਲ ਜੀ। ਤੇ ਫਿਰ ਜਿਹੜੇ ਹੱਥ ਦਿੱਤੇ ਆ, ਜੇ ਹੱਥਾਂ ਨੂੰ ਦੇਖੀਏ ਤੇ ਇਹ ਕਾਰੀਗਰ ਦਿੱਤੇ ਕੁਦਰਤ ਨੇ ਕਾਰੀਗਰ, ਹਾਂਜੀ, ਇਹਨਾਂ ਤੋਂ ਜੋ ਮਰਜ਼ੀ ਕਰਾ ਲਓ ਜੀ। ਜੇ ਆਪਾਂ ਕਹੀਏ ਵੀ ਅਸੀਂ ਸਾਡਾ ਮਨ ਪੜਿਆ ਵਾ, ਅਸੀਂ ਮਨ ਪੜੇ ਤੇ ਤਾਂ ਕਰਦੇ ਹਾਂ, ਪਰ ਮੈਂ ਦੇਖਦਾ ਜੱਗੀ ਜੀ ਵੀ ਸਾਡੇ ਹੱਥ ਵੀ ਪੜੇ ਹੋਏ ਆ ਜੀ। ਜੇ ਹੱਥ ਪੜੇ ਨਾ ਹੋਣ ਤੇ ਸੋਚਦੇ ਤਾਂ ਜੀ ਸਭ ਕੁਛ ਉੱਤੋਂ, ਤੇ ਜੋ ਸੋਚਦੇ ਲਿਖ ਹੱਥ ਉਹ ਅੱਖਰ ਥੱਲੇ ਹੱਥ ਲਿਖ ਦਿੰਦੇ ਆ ਜੀ, ਤੇ ਫਿਰ ਸਾਡੇ ਹੱਥ ਵੀ ਪੜੇ ਹੋਏ ਨਾ ਜੀ। ਬਿਲਕੁਲ ਬਿਲਕੁਲ, ਬੋਲਦੇ ਅਸੀਂ ਜ਼ਬਾਨ ਨਾਲ ਵਾ, ਸਭ ਕੁਛ ਸਾਨੂੰ ਪਤਾ ਵੀ ਅਸੀਂ ਜ਼ਬਾਨ ਨਾਲ ਬੋਲਦੇ ਹਾਂ ਜੀ, ਪਰ ਅੱਖਾਂ ਬੋਲਦੀਆਂ ਨੇ, ਉਹ ਅੱਖਾਂ ਪਹਿਲਾਂ ਸ਼ਬਦ ਨੂੰ ਅੰਦਰ ਖਿੱਚਦੀਆਂ ਤੇ ਫੇਰ ਬਾਹਰ ਜ਼ਬਾਨ ਥਾਣੀ ਦਿੰਦੀਆਂ ਜੀ। ਵਾਹ ਮੇਰੇ ਦਾਤਾ ਤੇਰੀ ਲੀਲਾ ਜੀ, ਅੱਖਾਂ ਨਹੀਂ ਪੜੀਆਂ, ਬੋਲਦੀਆਂ ਨਹੀਂ ਜੀ, ਅੱਖਾਂ ਪਹਿਲਾਂ ਅੰਦਰ ਲਿਜਾ ਕੇ ਫੇਰ ਜ਼ਬਾਨ ਥਾਣੀ ਬਾਹਰ ਦਿੰਦੀਆਂ। ਇਹ ਕਲਾ ਕੁਦਰਤ ਦੀ ਅਚੰਭਾ ਜਾਣ ਕੇ ਇੱਥੇ ਹੈਰਾਨਗੀ ਹੁੰਦੀ ਆ ਉਹਦੀ ਬਣਤਰ ਨੂੰ ਦੇਖ ਕੇ। ਬਿਲਕੁਲ ਜੀ, ਤੇ ਫਿਰ
जे आवाज देखिए आवाज असी कहते आप असी कर लें कहते कुछ नहीं कर सकते जी। जे आप कहने फलाने नू आकाश बाणी हुई सी फलाने थो सब कुछ दी जी। साड़ी आवाज अंदरों ही चलती ते अंदर ही मुड़ के गायब हो जाती है लभदी दिसदी है जी सुनदी आ बिल्कुल जी। आकाश बाणी नहीं है जे इनू कह लगे ये आकाश है ये ही भगवान है जे आवाज है तो जे आवाज दिन साड़ी बंद हो गई साढ़े कोल की है। इस करके ते ए ब्लड खुराक ओ रोज खाने पता लगता के किन्नी कीमत चीज है जेडी ब्लड बनता उन्ना ही चीजा तो खान तो रोज बनाई जाते ते ओदे सफाई लई जेड़ा विच पंप ब्लड ले गया साफ करने लई ओ पता नहीं किन्ने सैकड़े किलो ब्लड जेड़ा ओ दिना च साफ करदा वा किड्डी अलौकिक रात दिन ओदी सफाई चलदी है बंदे दा जद के असी इन्हां चीजां दा कदी शुकराना नहीं करदे दाता ऐसिया चीजा सानू दी आपे सब कुछ जड़िया करी जाना जे आप एक विज्ञानिक तौर ते एक विज्ञान दसदा भी जे बंदे दिया नाड़ा सिद्धियां कीतियां करके देखे ना हाँ जी। ते इन्हां नाड़ां दियां बंदे दे 60 मील लंबाई बन जांदी है। वाह जी वाह क्या बात है। ते असीं इह कट्ठा गुलदस्ता बनिया देख के ते इहदी संभाल नहीं करदे जदों असीं विगड़ जांदे आ विगड़ जांदा उदों सानूं इहदा चेता आउंदा ते फिर संभालण लगदे आ ओने चिर नूं गल बड़ी दूर चली जांदी है जी बिल्कुल। रोम रोम तो निमशकारी आ उस शहनशाह नू बिलकुल जी जिन्हें इस ढांचे नू तैयार कीता ते तुहाडा ते दर्शकां दे प्यार दा देण भी असी ते दे नहीं सकदे दाता जी अब निभ जावे दी अरदास करदे आ जग्गी जी भी निभ जावे जी बिलकुल। ते अगे कुछ ਖੁੱਲੀਆਂ ਰਚਨਾ ਦੀ ਥੋੜੀਆਂ ਲਾਈਨਾਂ ਜੇ ਆਜ਼ਾਦ ਦਿੰਦੇ ਤੇ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਹਾਂਜੀ ਹਾਂਜੀ ਕਰੋ ਜੀ ਜ਼ਰੂਰ। ਕੁਮੰਤਰੀ ਦੁਨੀਆਂ ਵਿੱਚ ਦੇਵੀ ਦੇਵਤਿਆਂ ਦਾ ਨਹੀਂ ਕੋਈ ਅੰਤ ਇੱਥੇ। ਹਾਂਜੀ ਕੁਮੰਤਰੀ ਦੁਨੀਆਂ ਵਿੱਚ ਦੇਵੀ ਦੇਵਤਿਆਂ ਦਾ ਨਹੀਂ ਕੋਈ ਅੰਤ ਇੱਥੇ। ਮੁੱਲਾ ਮਲਾਣੇ ਗਿਆਨੀ ਧਿਆਨੀ ਪਾਦਰੀ ਬੜੇ ਬੜੇ ਹੈਨ ਮਹੰਤ ਇੱਥੇ। ਜਮਾਤਾਂ ਅਕਾਤਾਂ ਆਪਣੀਆਂ ਚਲਾਈਆਂ ਸਭ ਨੇ ਕੋਈ ਕਿਸੇ ਦਾ ਨਹੀਂ ਕਦੰਤ ਇੱਥੇ। ਚੋਰ ਯਾਰ ਡਾਕੂ ਠੱਗ ਸਾਧੂ ਭੇਖ ਧਾਰੀ ਹੈ ਬੜੇ ਭਗਵੰਤ ਇੱਥੇ। ਕਾਕੂ ਚਾਚੂ ਬੀਵੀ ਪਾਪੂ ਦਿੰਦੇ ਦਾਣੋ ਡਾਕੂ ਬਣੇ ਬੜੇ ਬਲਵੰਤ ਇੱਥੇ ਬਣੇ ਭਗਵੰਤ ਇੱਥੇ। ਕਾਰੂ ਸ਼ਾਹ ਸਿਕੰਦਰ ਰਾਮ ਰਾਵਣ ਜੈ ਨਹੀਂ ਰਹੇ ਬਲਵੰਤ ਇੱਥੇ। 84 ਲੱਖ ਜੂਨ ਦਾ ਖਾਤਾ ਹੈ ਕੁਰਬਲ ਕੁਰਬਲ ਕਰਦੀ ਦੁਨੀਆਂ ਕੁਰਬਲ ਕੁਰਬਲ ਕਰਦੀ ਜੀਆ ਜਾਂਦੇ ਇੱਥੇ ਜੀ ਬਿਲਕੁਲ। ਇਹ ਥੋੜਾ ਜਿਹਾ ਨਿਗਤ ਖਾਤਾ ਭਗਵਾਨ ਦਾ ਬੇਅੰਤ ਖਾਤਾ ਵੀ ਉਹਦਾ ਉਹੀ ਗਿਣ ਸਕਦਾ ਜੀ ਬਿਲਕੁਲ ਜੀ ਬਿਲਕੁਲ। 84 ਲੱਖ
जून दा खाता है कुरबल कुरबल कर दे जिया जानते थे ठंडा तूफान नेरिया बरसाता पत झड़ ते रुत है बसंत इथे राजे बेल हाजे पज करूने कूरन 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 कोने कर दे नहीं मंडी दा मंथ इथे जी वाजीबा ते जिंद बहुटी आखर जिंद बहुटी मरण मरण वर लै जासी आप बन के बन कांते थे जी ते आप नारायण कला धार जग में परवरयो और नानक जया नहीं आया कोई शांति थे ते गुरबाणी पढ़ के ना समझिया अनजान जया नहीं कलंके थे गुरबाणी पढ़ के ना समझ आवे अनजान जया नहीं कलंके थे भुलां चुकां दी थीमा समझदे प्यारे हो जी प्यार दर्शकां दे प्यार नूं फिर निम्रता सिद्ध फतेह अर्ज करदे आं वाहिगुरु जी का खालसा वाहिगुरु जी की फतेह बहुत मेहरबानी अनजान साहब दी बहुत धन्नवाद करदे आं मतलब गल्लां दा वहा इस तरह हो जाता कि मुड़ के यूँ लगता भी प्रोग्राम आप इस तरह चलाई जाइए पर प्रोग्राम हर रंग जिहड़ा पेश करना हुंदा गाना एक सरताज का भी आया सी बिल्कुल सेम जिवें अनजान साहब ने कहा कि हत्थां तों उत्ते कोई औजार नहीं बनिया सारा कुछ बन गया पर उस मालक तो कोई पार नहीं बनिया सो ये गल्लां बातां सारियां जिहड़ियां साडी जिंदगी दियां सच्चाइयां ने बहुत चंगियां अक्सर असी देखीदा कि जदों सानूं कोई गिफ्ट दिंदा गिफ्ट दिता किसी ने मुंदी पाई है तो वह मुंदी असी सारे दिखाने भी आ देख तुम मैंने मुंदी दी उस रिश्तेदार याद रखते हैं जे कोई घर के कोई साड़ी हैल्प कर दिता दस बोरिया सीमेंट दियाँ पंजाब सुधार दिता तो असी वह भी सारे दस दें भी साड़ी उन्हें हैल्प की किसी को गल की चैनी कोई देता तो वह भी दिखाता भी आ देख मैंने मेरे फलाने मित्र ने फलाने रिश्तेदार ने गल की चैनी दी आ तो रिश्तेदार दोस्तों मित्रों का धनवाद करता नहीं सकता बंदा पर जिन्हें वह गल दिता अंजान साहब की गल के मैं याद है भी जिन्हें गल दिता जिस गानी पाई है तो वह भी कदम धनवाद करना चाहिए सो यही मैं विशा वैसे होर लैके आया से सोशल जो जिम्मे अच्छा सोशल होंगे ने पर हूँ आप इस विषय में थोड़ा जहा अगे करते हैं भी वाकई असी जरा शुक्र परमात्मा का किन्ने कु लोग है करते हैं तो किन्ने कु लोग उपरों उपरों करते किन्ने कु लोग जोड़े है दिखा के जो मत्था टेकना भी $10 मत्था टेकया दिखा के टेकने ने कोई देखता तो ही टेकने तो किन्ने कु लोग मुठ्ठी बंद करके मत्था टेकते हैं सो इदा के थोड़े विचार रखा आप विचार ने थोड़े तुम अपने विचार पेश कर सकते हो तो अनजान साहब दल्ला बहुत वधिया तुहानू भी लगियां होणगियां मैनू भी लगियां इस तरह साडे नाल जुड़ते रहिंदे गलबात करते रहिंदे आ एक ब्रेक लैंदे आ ब्रेक तो बाद फिर तुहाडियां कालां सिलसिला शुरू करांगे जी देखते रहो जस पंजाबी ब्रेक तो बाद एक बार फिर हाजिर है जी ब्रेक तो पहला अनजान साहब साडे नाल जुड़े से बहुत वधिया गल्लां उन्होंने कीतियां गल मुकदी गल ये है कि आप भी हुण तकरीबन उस विषय ते ही गल करते हैं जिहड़ी अनजान साहब करके ने इहदे च वैसे कोई शक नहीं जदों गल सुणन तो बाद एकदम जदों फ्लैशबैक दे विच बंदा जांदा इदां दी गल सुणन तो बाद बड़ा कुछ अखां सामने घूम जांदा भी हाँ यार उदों भी आह होई सी उदों भी इदां होई सीगी और इहदे च कोई शक नहीं भी आपां अक्सर देखदे हां भी कोई जिहड़ा कम हैगा चंगा कोई कामयाबी है वह तो असं अपने लेखे लाने भी मैं आ करता तो मैं वह करता मैं वाला घर बना लिया जी 8000 स्क्वेयर फुट के फराना कर लिया तो जे कोई माड़ा हों फिर वह कहते जी यार रब की मर्जी से रब ने इदा करता कोई जी माड़ी गल होंगी है सो जे असी माड़ी गल रब के ना लाने चंकी भी सूँ लानी चाहिए बहुत सारा कुछ ही वैसे चंगा जे सब तो वही गल जिमें अनजान साहब पहला भी कहते होंगे कि अगर सानू तंदुरुस्ती है तो पूर्ण शरीर है सारा हाथ पैर साढ़े सही ने तो एदू वड्डी देन जिहड़ी परमात्मा की होर कोई नहीं हो सकती एदू वड्डा साढ़े ते परमात्मा का एहसान कोई नहीं हो सकता पर मैं जिहड़ी गल करनी सवाल यही चलो आप शुगल मेले जी करते शुगल मेला भी है चलो वैसे भी सीरीयस गल भी आ कि जिहड़ा क्यों है फितरत यह कि साड़ी हो या बाकी जिहड़े लोग है कह सकते होर कम्यूनिटी या होर मुल्क लोग जिहड़े वो भी इदा ही सोचते हैं जा अपने विच भी कुछ परसेंट लोग ऐसे है जिहड़े ये चीज़ बिल्कुल नहीं सोचते वो चंगा या माड़ा परमात्मा की रजत रेंदे ने परमात्मा का कहें भी जो भी किया परमात्मा ने चंगा किया वैसे कई जगह सानू लगता हों चंगा नहीं किया पर
ਵਾਕਿਆ ਹੀ ਉਹਦੇ 'ਚ ਕੋਈ ਕਈ ਵਾਰੀ ਚੰਗੀ ਗੱਲ ਨਹੀਂ ਹੁੰਦੀ, ਪਰ ਕਿਤੇ ਨਾ ਕਿਤੇ ਹੋ ਸਕਦਾ ਪਰਮਾਤਮਾ ਨਜ਼ਰ ਚੰਗੀ ਹੁੰਦੀ ਹੋਵੇ। ਕਾਲਾਂ ਦਾ ਸਿਲਸਿਲਾ ਸ਼ੁਰੂ ਕਰਦੇ ਜਾਣ ਦੇ ਤੁਹਾਡੇ ਵਿਚਾਰ। ਹੈਲੋ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਹੋ ਜੀ। ਸਰ ਰਮਨਜੀਤ ਸਿੰਘ ਜੀ, ਜਗਤਾਰ ਸਿੰਘ ਜੀ, ਹੋਰ ਸੁਣਾਓ, ਠੀਕ ਠਾਕ ਜੀ? ਬਿਲਕੁਲ 100% ਪੰਜਾਬ ਸਾਹਿਬ ਦੀ ਗੱਲ ਸਹੀ ਆ, ਕਿਉਂਕਿ ਜੋ ਬੰਦਾ ਸੋਚਦਾ ਮੈਂ ਆਪ ਕਰਦਾ ਮੈਂ ਸਹੀ ਕਰ ਰਿਹਾ, ਜਦੋਂ ਕੋਈ ਕੰਮ ਖਰਾਬ ਹੁੰਦਾ ਕਹਿੰਦਾ ਬਈ ਪਰਮਾਤਮਾ ਦੇ ਭਾਣੇ ਚੋਂ ਆ ਜੀ। ਤੇ ਆ ਸੱਚੀ ਮੁੱਚੀ ਜਿਹੜੀ ਉਹਨਾਂ ਨੇ ਕੱਲੀ ਕੱਲੀ ਚੀਜ਼ ਗਣਾਈ ਆ ਵੀ ਹੱਥ ਮੁੜਦੇ, ਪੈਰ ਮੁੜਦੇ ਆ, ਫਿਰ ਸਰੀਰ ਨੂੰ ਚੱਕ ਕੇ ਤੁਰਦੇ ਆ, ਤੇ ਫਿਰ ਅੱਖਾਂ, ਮਤਲਬ ਆਹ ਚੀਜ਼ ਇੰਨੀ ਡੂੰਘਾਈ ਤੱਕ ਅਸੀਂ ਸੋਚੀਏ ਤੇ ਮੇਰਾ ਖਿਆਲ ਆ ਸਾਡਾ ਕਾਫੀ ਇਸ ਜਿਹੜਾ ਦਿਮਾਗ ਨੂੰ ਸਕੂਨ ਮਿਲ ਸਕਦਾ। ਹਾਂਜੀ ਹਾਂਜੀ, ਇਹ ਤਾਂ ਅਣਮੁੱਲੀਆਂ ਚੀਜ਼ਾਂ ਜਿਹਨਾਂ ਦਾ ਆਪਾਂ ਕਦੇ ਸ਼ੁਕਰਾਨਾ ਕਰਦੇ ਨਹੀਂ ਹੈਗੇ। ਇਹ ਤਾਂ ਜੇ ਪਰਮਾਤਮਾ ਨੇ ਜੋ ਸਾਨੂੰ ਤੰਦਰੁਸਤੀ ਦਿੱਤੀ ਹੋ ਆ, ਹੱਥ ਪੈਰ ਦਿੱਤੇ ਹੋ, ਹਰ ਚੀਜ਼ ਦਿੱਤੀ ਹੋ ਆ, ਤੇ ਇਹ ਬੜੀਆਂ ਅਣਮੁੱਲੀਆਂ ਚੀਜ਼ਾਂ। ਤੇ ਇਹ ਕਦੇ ਇਹ ਆਪਣਾ ਮਨਜੀਤ ਸਿੰਘ ਜੀ, ਜਿਵੇਂ ਸਾਨੂੰ ਕੋਈ ਗਿਫਟ ਦਿੰਦਾ ਕੋਈ ਚੀਜ਼, ਤੇ ਉਹ ਅਸੀਂ 20 ਬੰਦਿਆਂ ਨੂੰ ਦਿਖਾਉਂਦੇ ਆ। ਹਾਂਜੀ ਹਾਂਜੀ, ਤੇ ਉਹਦਾ ਧੰਨਵਾਦ ਕਰਦੇ, ਥੈਂਕ ਯੂ, ਵਾਰ ਵਾਰ ਫੋਨ ਤੇ ਵੀ ਥੈਂਕ ਯੂ, ਟੈਕਸਟ ਮੈਸੇਜ ਕਰਕੇ ਥੈਂਕ ਯੂ ਕਰਦੇ, ਆਪ ਬੜੇ ਮੇਰੇ ਲਈ ਕੀਤਾ। ਤੇ ਇਹ ਕੀ ਇਹ ਮਤਲਬ ਚਾਹੀਦਾ ਨਹੀਂ ਆਪਾਂ ਨੂੰ ਇਦਾਂ ਦਾ ਵੀ ਜਿਹੜਾ ਕੁਦਰਤ ਆ? ਇਹ ਤਾਂ ਜਿਹੜੇ ਸਹੀ ਇਨਸਾਨ ਆ ਤਾਂ ਸੁਬਹ ਸਵੇਰੇ ਇਹ ਪਰਮਾਤਮਾ ਮੰਗਦੇ, ਜੋ ਤੰਦਰੁਸਤੀ ਆ ਜੋ ਪਰਮਾਤਮਾ ਨੇ ਸਾਨੂੰ ਦਿੱਤਾ ਉਹਦਾ ਸ਼ੁਕਰਾਨਾ ਸਾਨੂੰ ਜੀ ਜੀ। ਤੇ ਬਾਕੀ ਜਿਹੜੀ ਦੌਲਤ ਆ ਹੋਰ ਚੀਜ਼ਾਂ ਉਹ ਤਾਂ ਆਉਂਦੀਆਂ ਜਾਂਦੀਆਂ ਰਹਿਣਗੀਆਂ, ਪਰ ਜਿਹੜੀ ਤੁਹਾਡੀ ਸਿਹਤ ਤੰਦਰੁਸਤੀ ਆ ਜੋ ਪਰਮਾਤਮਾ ਨੇ ਤੁਹਾਨੂੰ ਚੀਜ਼ਾਂ ਦਿੱਤੀਆਂ, ਤੇ ਉਹਦਾ ਕੋਈ ਮੁੱਲ ਨਹੀਂ ਹੈ। ਅੱਛਾ, ਅਸੀਂ ਥੋੜ੍ਹਾ ਜਿਹਾ ਕੰਪੇਅਰ ਕਰੀਏ ਜੇ ਹੋਰ ਕਮਿਊਨਿਟੀ ਦੇ ਨਾਲ, ਤੇ ਤੁਹਾਡਾ ਵਾਹ ਵਾਸਤਾ ਪੈਂਦਾ ਰਹਿੰਦਾ ਹੋਏਗਾ, ਤੇ ਕੋਈ ਹੋਰ ਕਮਿਊਨਿਟੀ ਜਿਹੜੀਆਂ ਉਹ ਰੱਬ ਦੇ ਸ਼ੁਕਰਾਨੇ 'ਚ ਰਹਿੰਦੀਆਂ ਨੇ, ਜਾਂ ਮਤਲਬ ਉਹ ਵੀ ਲੋਕ ਕਹਿੰਦੇ ਕਦੇ ਸੁਣੇ ਤੁਸੀਂ ਵੀ ਆਹ ਚੀਜ਼ ਮੈਂ ਆਹ ਕਰਤੀ, ਆਈ ਡੂ ਦਿਸ, ਆਈ ਡੂ ਲਾਈਕ ਦੈਟ, ਇੱਦਾਂ ਕੁਛ? ਨਹੀਂ ਨਹੀਂ ਨਹੀਂ, ਜਿਹੜੇ ਸੰਵਿਧਾਨ ਲੋਕ ਆ ਨਾ ਗੋਰੇ ਜਾਂ ਉਹ ਵੀ ਕਹਿੰਦੇ ਵੀ ਟਰਸਟ ਨਹੀਂ ਕੋਣ ਕਿਸੇ ਵੀ ਪਰਮਾਤਮਾ ਖਾਂ ਤਾਂ ਸਹੀ ਕਰ ਰਿਹਾ ਵੀ ਜੋ ਅਸੀਂ ਤਾਂ ਬਸ ਕੰਮ ਆਪਣੇ ਕੰਮ ਕਾਰ ਕਾਰੋਬਾਰ ਕਰ ਰਹੇ ਹਾਂ, ਬਾਕੀ ਉਹਦਾ ਭਾਣੇ 'ਚ ਹੀ ਜੋ ਕੁਛ ਹੋ ਰਿਹਾ ਉਹੀ ਵਾ ਜੀ ਜੀ। ਬਿਲਕੁਲ ਜੀ, ਆਹ ਬਾਪੂ ਆਸਾ ਰਾਮ ਜਿਹੜੇ ਉਹ ਵੀ ਮੇਰੇ ਖਿਆਲ ਅੰਦਰ ਅੰਦਰ ਹੀ ਹੈਗੇ ਨੇ, ਉਹਨਾਂ ਦਾ ਮੈਂ ਵੈਸੇ ਹੀ ਕਿਤੇ ਸੁਣ ਰਿਹਾ ਸੀ, ਤਾਂ ਉਹਨਾਂ ਨੇ ਆਹ ਗੱਲ ਸੁਣਾਈ ਵੀ ਸੱਜਣ ਦੀ ਮੁੰਦਰੀ, ਸੱਜਣ ਦੀ ਮੁੰਦਰੀ, ਗਾਣਾ ਗੁਣਾ ਵੀ ਗਾਉਂਦੇ ਨਾ ਉਹ, ਵੀ ਸੱਜਣ ਦੀ ਮੁੰਦਰੀ ਸਾਨੂੰ ਸੱਜਣ ਨੇ ਦਿੱਤੀ ਹੈ, ਤਾਂ ਅਸੀਂ ਕੁਦਰਤ ਕਿੰਨਾ ਧੰਨਵਾਦ ਕਰਦੇ ਵੀ ਸੋਨੇ ਸੋਨੇ ਦੀ ਮੈਨੂੰ ਮੁੰਦੀ ਦੇ ਦਿੱਤੀ $2000 ਦੀ, ਅਤੇ ਜਿਹੜੀ ਉਂਗਲੀ ਦਿੱਤੀ ਹੈ ਮੁੰਦਰੀ ਪਾਉਣ ਵਾਸਤੇ, ਤਾਂ ਉਹਦਾ ਅਸੀਂ ਧੰਨਵਾਦ ਨਹੀਂ ਕਰਦੇ, ਉਹਨੂੰ ਭੁੱਲ ਜਾਂਦੇ। ਹਾਂਜੀ ਹਾਂਜੀ ਹਾਂਜੀ, ਚਲੋ ਮਿਹਰਬਾਨੀ ਜੀ, ਬਹੁਤ ਤੁਹਾਡਾ ਧੰਨਵਾਦ ਕਾਲ ਕਰਨ ਵਾਸਤੇ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਹੋ, ਸੁਰਿੰਦਰ ਸਿੰਘ ਜੀ। ਹਾਂਜੀ, ਜਗਤਾਰ ਸਿੰਘ, ਸਰਦਾਰ ਜੱਗੀ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ, ਹੋਰ ਸੁਣਾਓ, ਠੀਕ ਹੋ? ਠੀਕ, ਕਿਰਪਾ ਵਾਹਿਗੁਰੂ ਜੀ, ਟੀਕਾ ਇੱਕ ਲਵਾ ਲਿਆ, ਕਰਿੰਦਾ ਵੀ ਲਵਾਉਣੇ ਹੁਣ। ਇਹ ਲੇਟ ਲਵਾਇਆ ਵਾਵਾ ਟੀਕਾ? ਬੱਚੇ ਤਾਂ ਘਰ ਵਾਲੀ, ਉਹਨਾਂ ਨੂੰ ਕੋਰੋਨਾ ਹੋਇਆ, ਉਹਨਾਂ ਨੂੰ 14 ਦਿਨ ਲਈ ਅੰਦਰ ਬੰਦ ਕਰਤਾ। ਕਿੱਥੇ, ਇੰਡੀਆ ਕਿੱਥੇ? ਨਹੀਂ, ਕੈਨੇਡਾ ਜੀ। ਇਹ ਤਾਂ ਜੀ ਬੜਾ ਕੁਦਰਤੀ, ਹੁਣ ਉਹੀ ਰੰਗ ਕਰਦੇ ਸੀ ਗੱਲ, ਜਿੱਦਾਂ ਜਾਨ ਸਾਹਿਬ ਵੀ ਇਹ ਤਾਂ ਕੁਛ ਨਹੀਂ ਕਹਿ ਸਕਦੇ ਇਹਦੇ ਬਾਰੇ, ਤਾਂ ਕੀ ਹੈ, ਬਹੁਤ ਔਖਾ ਹੋਇਆ ਪਿਆ ਜੀ ਇਹਦਾ ਕੰਮ ਜੀ। ਇਹ ਅਸੀਂ ਇਹਦੇ ਮਤਲਬ ਇੰਨੀਆਂ ਕਰੋਪੀਆਂ ਜਿਹੜੀਆਂ ਆਉਂਦੀਆਂ ਸੁਰਿੰਦਰ ਸਿੰਘ ਜੀ, ਬਹੁਤ ਸਾਰੀਆਂ ਕੁਦਰਤੀ ਕਰੋਪੀਆਂ ਜਿਹੜੀਆਂ, ਅਸੀਂ ਇਹਨੂੰ ਵੀ ਕੁਦਰਤੀ ਕਰੋਪੀ ਕਹਿੰਦੇ ਜਿਹੜੀ ਹੁਣ ਕਰੋਨਾ ਹੈਗੀ ਆ, ਅਤੇ ਕੀ ਲੱਗਦਾ ਇਹ ਕਿਤੇ ਨਾ ਕਿਤੇ ਅਸੀਂ ਜਿਹੜਾ ਬੇਮੁੱਖ ਹੋ ਜਾਂਦੇ ਹਾਂ, ਉਦੋਂ ਬਾਅਦ ਇਹੋ ਜਿਹਾ ਮਾਹੌਲ ਬਣਦਾ, ਸੁਨਾਮੀਆਂ ਆਉਂਦੀਆਂ ਨੇ, ਹੜ੍ਹ ਆਉਂਦੇ ਨੇ ਜਾਂ ਕੁਛ ਹੁੰਦਾ, ਜਾਂ ਕੀ ਲੱਗਦਾ ਤੁਹਾਨੂੰ? ਗੁਰੂ ਨਾਨਕ ਨੂੰ ਪੁੱਛ ਲਈ ਤਾਂ ਪਹਿਲਾਂ ਆਪਣੇ ਸਰੀਰ ਨੇ ਦੇਖ ਲਓ, ਆਪਾਂ ਕਿੰਨੀਆਂ ਛੇੜਛਾੜ ਕਰਦੇ ਹਾਂ ਜੀ, ਬਾਹਲਾ ਦੂਰ ਜਾਣ ਦੀ ਲੋੜ ਨਹੀਂ, ਫਿਰ ਆਪਣੀ ਰਸੋਈ 'ਚ ਵੜ ਜਾਓ, ਆਪਾਂ ਕੀ ਕੁਛ ਕਰਦੇ ਹਾਂ ਜੀ, ਅਤੇ ਫਿਰ ਆਪਾਂ ਸਮਾਜ 'ਚ ਆ ਜਾਓ, ਉੱਥੇ ਕੀ ਕੁਛ ਕਰਦੇ ਹਾਂ ਕਾਰ ਲਈ ਆਪਣੇ ਲਈ, ਅਤੇ ਫਿਰ ਅਸੀਂ ਲਾਂਭੇ ਦਿੰਦੇ ਰੱਬ ਨੂੰ ਜੀ। ਬਿਲਕੁਲ ਬਿਲਕੁਲ ਜੀ ਬਿਲਕੁਲ, ਜੇ ਅਸੀਂ ਕੰਮ ਉੱਦਾਂ ਦੇ ਕਰਨੇ ਆ ਤਾਂ ਫਿਰ ਸਾਡੇ ਨਾਲ ਉੱਦਾਂ ਦੀ ਹੋਣੀ ਹੈ ਜੀ ਜੀ। ਬਿਲਕੁਲ ਜੀ ਬਿਲਕੁਲ ਬਿਲਕੁਲ, ਦੇਖੋ ਗੁਰੂ ਨਾਨਕ ਦੱਸ ਕੇ ਗਿਆ ਵੀ ਮੈਂ ਦੇਖ ਕੇ ਆਇਆ, ਆਪਾਂ ਕਹਿੰਦੇ ਆਪ ਜੱਗ ਮਿੱਠਾ ਗੱਲਾ ਕਹਿਣ ਡਿੱਠਾ, ਪਰ ਗੁਰੂ ਨਾਨਕ ਕਹਿੰਦਾ ਮੈਂ ਦਰਗਾਹ ਦੀਆਂ ਬਾਤਾਂ ਦੇਖ ਆਖ ਕੇ ਸੁਣਾਉਣਾ ਤੁਹਾਨੂੰ, ਮੈਂ ਦੇਖ ਕੇ ਆਇਆ ਉੱਥੇ ਜੋ ਕੁਛ ਹੁੰਦਾ। ਅੱਛਾ ਜੀ, ਪਰ ਅਸੀਂ ਕਹਿੰਦੇ ਕੌਣ ਦੇਖਦਾ ਅਗਲਾ ਜਨਮ ਜਾਂ ਪਿਛਲਾ ਜਨਮ, ਉਹ ਠੀਕ ਆ ਜਿੱਦਾਂ ਕਿਸੇ ਮਨ ਮੰਨਦਾ ਠੀਕ ਆ, ਪਰ ਇਹ ਤਾਂ ਠੀਕ ਹੈ, ਪਰ ਅਸੀਂ ਆਪਾਂ ਜਿਹੜੀ ਗੱਲ ਕਰਦੇ ਸੀ ਅਕਸਰ ਕੋਈ ਚੀਜ਼
ਸਾਨੂੰ ਕਿਸੇ ਦੋਸਤ ਮਿੱਤਰ ਵੱਲੋਂ ਮਿਲੀ ਹੈ ਅਤੇ ਬੜਾ ਉਹਦਾ ਧੰਨਵਾਦ ਕਰਦੇ ਹਾਂ। ਅਤੇ ਕਿੰਨੇ ਕੁ ਪਰਸੈਂਟ ਲੋਕ ਲੱਗਦੇ ਆਪਣੇ ਪੰਜਾਬੀ ਕਮਿਊਨਿਟੀ ਦੇ ਵਿੱਚ ਜਿਹੜੇ ਕਿ ਉਸ ਰੱਬ ਦਾ ਵੀ ਧੰਨਵਾਦ ਕਰਦੇ ਨੇ, ਅਤੇ ਕਿੰਨੇ ਕੁ ਪਰਸੈਂਟ ਹੈਗੇ ਨੇ ਜਿਹੜੇ ਕਿ ਆਪਣੀ ਹਉਮੈ ਵਿੱਚ ਹੈਗੇ ਨੇ? ਅਤੇ ਮੇਰੇ ਖਿਆਲ ਲੀਡਰ ਤਾਂ ਸਾਰੇ ਹੀ ਹਉਮੈ ਦੇ ਵਿੱਚ ਹੋਣੇ ਆ, ਕੋਈ ਵੀ ਉੱਦਾਂ ਨਹੀਂ ਹੋਣਾ। ਮੈਨੂੰ ਤਾਂ ਮੈਦ ਨਹੀਂ ਕੋਈ ਲੱਭਿਆ, ਕਿਉਂਕਿ ਦੇਖੋ ਕਿੰਨੀ ਅਮੋਲ ਕਦਰਤ, ਅੱਖਾਂ ਹੀ ਲਾ ਲਓ ਤੁਸੀਂ, ਮਾੜਾ ਜਿਹਾ ਪ੍ਰਸ਼ਨ ਡਾਕਟਰ ਤੋਂ ਕਰਾ ਲਈਏ, ਬੱਲੇ ਬੋਲੀਏ, ਸਿਫਤਾਂ ਕਾਨੂੰ ਨਹੀਂ ਹਟਦੇ ਆਪਾਂ, ਪਰ 50 ਸਾਲ ਉਹ ਅੱਖਾਂ ਆਪਣੇ ਮੁੱਖ ਜਿੱਤੀਆਂ ਹੁੰਦੀਆਂ, ਨਾ ਉਹਨਾਂ 'ਚ ਕੋਈ ਜਾਣ ਦੇਖਦੀਆਂ, ਉਦੋਂ ਮੀਲ ਤੇ ਉਦੋਂ ਕਿਸੇ ਨੂੰ ਕਹਿੰਦੇ ਨੇ ਸਾਨੂੰ ਅੱਖਾਂ ਦਿੱਤੀਆਂ ਰੱਬ ਨੇ। ਬਹੁਤ ਵਧੀਆ ਜੀ, ਬਹੁਤ ਵਧੀਆ, ਬਹੁਤ ਵਧੀਆ। ਤੇ ਬਾਕੀ ਹੁਣ ਕੋਈ ਗੱਲ ਹੋ ਰਿਹਾ, ਕਹਿੰਦਾ ਜਦੋਂ ਦੇ ਬਣ ਗਿਆ ਪੱਥਰਾਂ ਦੇ ਉਦੋਂ ਦੇ ਨੇ ਹੋ ਗਏ ਇਨਸਾਨ ਪੱਥਰਾਂ ਦੇ ਜੀ, ਲੱਖਾਂ ਦੇ ਕਰੋੜਾਂ ਬਣਾਉਂਦੇ ਨੇ ਇਮਾਰਤਾਂ ਸੋਨੇ ਦੇ ਪੱਤਰਾਂ ਤੇ ਲਿਖਤੇ ਇਮਾਰਤਾਂ ਜੀ, ਕਰਦੇ ਪੁਜਾਰੀ ਬਖਿਆਨ ਪੱਥਰਾਂ ਦੇ, ਪੰਡਤ ਮਲਾਣਿਆਂ ਦੇ ਭਾਈ ਕਿਹੜਾ ਘੱਟ ਨੇ, ਰੱਬ ਪਾ ਕੇ ਬੋਝੇ ਉਹਦੇ ਕੱਢੀ ਜਾਂਦੇ ਬੱਟ ਨੇ, ਪੱਥਰਾਂ ਦੇ ਭਾਈ ਪ੍ਰਧਾਨ ਪੱਥਰਾਂ ਦੇ, ਪੱਥਰਾਂ ਦੇ ਭਾਈ ਪ੍ਰਧਾਨ ਪੱਥਰਾਂ ਦੇ, ਬੈਠਾ ਭਾਈ ਗੇਮ ਰਿਹਾ ਖੇਡੇ, ਲੱਗਣਾ ਨੀ ਪਤੋ ਕੋ ਪੈ ਜਾਣੀ ਰੇਡੇ, ਕਾਗਜ਼ਾਂ ਦੇ ਫੁੱਲ ਗਲਦਾਨ ਪੱਥਰਾਂ ਦੇ, ਰੋਵੇ ਪਿਆ ਰੱਬ ਅੱਜ ਧਰਮਾਂ ਨੂੰ ਵੇਖ ਕੇ, ਰੋਵੇ ਪਿਆ ਰੱਬ ਅੱਜ ਧਰਮਾਂ ਨੂੰ ਵੇਖ ਕੇ, ਖਾ ਗਿਆ ਇਨਸਾਨ ਕਿਵੇਂ ਸ਼ਰਮਾਂ ਨੂੰ ਵੇਚ ਕੇ, ਮਿੱਟੀ ਦੀਆਂ ਬੁੱਤਾਂ ਚ ਮਾਨ ਪੱਥਰਾਂ ਦੇ। ਬੁੱਲਾ ਕਹਿੰਦਾ ਬੰਦਿਆਂ ਨਾਲੋਂ ਚੰਗੇ ਕੁੱਤੇ ਨੇ, ਵਫ਼ਾਦਾਰੀ ਵਿੱਚ ਕੁੱਤੇ ਬੰਦਿਆਂ ਤੋਂ ਉੱਤੇ ਨੇ, ਬਣ ਗਏ ਨੇ ਬੰਦੇ ਬੇਈਮਾਨ ਪੱਥਰਾਂ ਦੇ, ਭੁੱਲ ਕੇ ਜੇ ਰੱਬ ਕਿਤੇ ਧਰਤੀ ਤੇ ਆਵੇਗਾ, ਭੁੱਲ ਕੇ ਜੇ ਰੱਬ ਕਿਤੇ ਧਰਤੀ ਤੇ ਆਵੇਗਾ, ਬੰਦੇ ਕੋਲੋਂ ਉਹ ਵੀ ਮਾਰ ਬੜੀ ਖਾਵੇਗਾ, ਗੋਲਕਾਂ ਦੇ ਕੀਤੇ ਧਨਵਾਨ ਪੱਥਰਾਂ ਦੇ, ਕਿਵੇਂ ਸਰਜੀਤ ਮੈਂ ਪੰਜਾਬ ਨੂੰ ਜਮਾਂ, ਪਾਣੀ ਹੋ ਗਿਆ ਗੰਧਲੇ ਜ਼ਹਿਰੀਲੀਆਂ ਹਵਾਵਾਂ, ਹੋ ਗਏ ਨੇ ਸਾਰੇ ਭਗਵਾਨ ਪੱਥਰਾਂ ਦੇ, ਅੱਜ ਹੋ ਗਏ ਨੇ ਸਾਰੇ ਭਗਵਾਨ ਪੱਥਰਾਂ ਦੇ। ਜੀ ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਨਾਲ ਦੇ ਨਾਲ ਬ੍ਰੇਕ ਲੈਣੀ ਪੈਣੀ ਹੈ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ ਅਤੇ ਨਾਲ ਦੀ ਨਾਲ ਇੱਕ ਦੋ ਅਨਾਊਂਸਮੈਂਟਾਂ ਵੀ, ਉਹ ਵੀ ਅਸੀਂ ਜ਼ਰੂਰ ਬ੍ਰੇਕ ਤੋਂ ਬਾਅਦ ਕਰਾਂਗੇ। ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੱਗੀ ਸਾਹਿਬ, ਕੀ ਹਾਲ ਚਾਲ? ਬਹੁਤ ਕਿਰਪਾ ਜੀ, ਕੌਣ ਬੋਲਦੇ? ਰਾਜਵਿੰਦਰ ਸਿੰਘ ਬੋਲ ਰਿਹਾ ਜੀ। ਰਾਜਵਿੰਦਰ ਸਿੰਘ ਜੀ, ਕੀ ਕਹਿਣਾ ਚਾਹੁੰਦੇ? ਥੋੜ੍ਹਾ ਸਮਾਂ ਜੀ ਆਪਣੇ ਕੋਲ। ਹਾਂ ਕੋਈ ਗੱਲ ਨਹੀਂ, ਤੇ ਜਿਹੜਾ ਤੁਸੀਂ ਰੱਖਿਆ ਵੀ ਜਿਹੜਾ ਗਿਫਟ ਆ, ਗਿਫਟ ਜਿਹੜਾ ਵਾ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਸਭ ਤੋਂ ਵੱਡਾ ਗਿਫਟ ਦਿੱਤਾ ਸੀ, ਗੁਰੂ ਕੇ ਲੰਗਰ ਦੀ ਸੇਵਾ ਜੀ। ਸੱਚੇ ਤੇ ਮਾਤਾਨ ਮਨ ਧਨ ਸਭ ਸਭ ਗੁਰੂ ਕੋ ਹੁਕਮ ਮੰਨੀਏ ਪਾਈਏ ਜੀ। ਜੇ ਆਪਾਂ ਕਿਸੇ ਦੀ ਗਿਫਟ ਦੀ ਆਪਾਂ ਠੀਕ ਹੈ, ਜੇ ਕਿਸੇ ਨੇ ਦਿੱਤਾ ਉਹਦਾ ਧੰਨਵਾਦ ਆ, ਬਹੁਤ ਜ਼ਿਆਦਾ ਧੰਨਵਾਦ ਆ, ਪਰ ਜਿਹੜਾ ਗਿਫਟ ਸਾਨੂੰ ਵਾਹਿਗੁਰੂ ਨੇ ਸਰੀਰ ਦਿੱਤਾ ਜੀ, ਇੰਨਾ ਸੋਹਣਾ ਸਰੀਰ ਦੇ ਕੇ, ਤੇ ਸਤਿਗੁਰੂ ਨੇ ਸਾਡੇ ਕੋਲ ਮੰਗਿਆ ਕੋਈ ਕੁਛ ਨੀ ਜੀ, ਏਡੀ ਵੱਡੀ ਪੱਧਰ ਤੇ ਉਹਨੇ ਸਾਨੂੰ ਪਾਲਿਆ, ਮਾਂ ਦੇ ਮਾਤਾ ਪਿਤਾ ਦੇ ਤੋਂ ਲੈ ਕੇ ਵੱਡੇ ਹੋਣ ਤੱਕ ਪਾਲਿਆ। ਬਿਲਕੁਲ ਜੀ, ਬਿਲਕੁਲ। ਜਦੋਂ ਪਾਲਿਆ ਤੇ ਪਾਲਣ ਤੋਂ ਬਾਅਦ ਫਿਰ ਬੱਚਿਆਂ ਨੂੰ ਸੈੱਟ ਕੀਤਾ, ਗੁਰਸਿੱਖੀ ਜੀਵਨ ਚ ਧਾਰਨ ਕੀਤਾ, ਪਰ ਜਿਹੜਾ ਗਿਫਟ ਗੁਰੂ ਨਾਨਕ ਦਾ ਇਹੀ ਆ, ਇਮਾਨਦਾਰੀ ਜੀ। ਬਿਲਕੁਲ ਬਿਲਕੁਲ ਜੀ, ਬਹੁਤ ਅੱਛੀ ਸੋਚ ਆ ਜੀ, ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਪ੍ਰੋਗਰਾਮ ਦਾ ਸਮਾਂ ਖਤਮ ਹੈ, ਲੰਬੀ ਗੱਲ ਕਰਦੇ, ਧੀਰ ਸਾਹਿਬ ਦੀ ਕਾਲ ਵੀ ਆਈ ਹੋਈ ਹੈ, ਮੈਂ ਮੁਆਫੀ ਚਾਹੁੰਦਾ ਤੁਹਾਡੀ ਕਾਲ, ਧੀਰ ਸਾਹਿਬ ਨੇ ਲੈ ਹੋਣੀ ਹੁਣ। ਅਤੇ ਗੱਲ ਕਰੀਏ ਜੀ, ਅਸੀਂ ਜਿਵੇਂ ਧਾਰਮਿਕ ਸਮਾਗਮ ਚੱਲ ਰਹੇ ਨੇ ਬਹੁਤ ਜਗ੍ਹਾ 'ਤੇ, ਵਿਸਾਖੀ ਦੇ ਸੰਬੰਧ ਦੇ ਵਿੱਚ ਵੀ ਚੱਲ ਰਹੇ ਨੇ ਕੁਛ, ਅਤੇ ਵੈਸੇ ਵੀ ਚੱਲ ਰਹੇ ਨੇ, ਔਰ ਅਸੀਂ ਗੱਲ ਕਰੀਏ ਸਟੋਕਟਨ ਗੁਰੂ ਘਰ ਦੀ। ਤੁਸੀਂ ਐਤਵਾਰ ਨੂੰ ਲਾਈਵ ਦੇਖਿਆ ਸੀ ਉੱਥੋਂ ਪ੍ਰੋਗਰਾਮ, ਵਿਸਾਖੀ ਦਾ ਸਮਾਗਮ ਸੀਗਾ, ਅਤੇ ਹੁਣ ਉੱਥੇ ਜਿਹੜਾ ਪ੍ਰੋਗਰਾਮ ਹੋ ਰਹੇ ਨੇ ਉਹ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400ਵੇਂ ਪ੍ਰਕਾਸ਼ ਉਤਸਵ ਨੂੰ ਲੈ ਕੇ ਹੋ ਰਹੇ ਨੇ ਸ਼ਨੀਵਾਰ ਨੂੰ, ਅਤੇ ਜਿਹਦੇ ਵਿੱਚ ਸਾਡੇ ਕੀਰਤਨੀ ਜਥੇ ਬਹੁਤ ਸਾਰੇ ਹੋਣਗੇ, ਅਤੇ ਨਾਲ ਦੀ ਨਾਲ ਜਿਹੜੀ ਖਾਸ ਗੱਲ ਹੈਗੀ ਆ, ਭਾਈ ਪਿੰਦਰਪਾਲ ਸਿੰਘ ਜੀ, ਗਿਆਨੀ ਪਿੰਦਰਪਾਲ ਸਿੰਘ ਜੀ ਜਿਹੜੀ ਉੱਥੇ ਕਥਾ ਕਰਨਗੇ, ਉਚੇਚੇ ਤੌਰ 'ਤੇ ਆ ਰਹੇ ਨੇ, 5 ਵਜੇ ਉਹਨਾਂ ਨੇ ਕਥਾ ਸ਼ੁਰੂ ਕਰਨੀ ਹੈ ਅਤੇ 6 ਵਜੇ ਤੱਕ ਉਹਨਾਂ ਦੀ ਕਥਾ ਚੱਲੇਗੀ, ਬਾਕੀ ਉੱਥੇ ਜਿਹੜੇ ਗੁਰੂ ਘਰ ਦੇ ਕੀਰਤਨੀਏ ਨੇ ਉਹ ਵੀ ਆਪਣੇ ਕੀਰਤਨ ਦੇ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਸੋ ਸ਼ਨੀਵਾਰ 24 ਅਪ੍ਰੈਲ ਨੂੰ ਸ਼ਾਮੀ 5 ਵਜੇ ਤੋਂ 5 ਵਜੇ ਜ਼ਰੂਰ ਪਹੁੰਚੋ ਜੀ, ਬਾਕੀ ਰਾਤ ਤੱਕ ਕੀਰਤਨ ਚੱਲਣਾ ਅਤੇ ਅਸੀਂ ਵੀ ਉੱਥੇ ਪਹੁੰਚਾਂਗੇ, ਅਸੀਂ ਵੀ 5 ਵਜੇ ਤੋਂ ਪ੍ਰੋਗਰਾਮ ਜਿਹੜਾ ਲਾਈਵ ਜਸ ਪੰਜਾਬੀ ਅਤੇ ਗਿਆਨੀ ਪਿੰਦਰਪਾਲ ਸਿੰਘ ਜੀ ਦਾ ਉਹ ਤੁਹਾਨੂੰ ਪੂਰੀ ਦੁਨੀਆਂ ਦੇ ਵਿੱਚ ਦਿਖਾਵਾਂਗੇ, ਸ਼ਨੀਵਾਰ 24 ਅਪ੍ਰੈਲ ਸ਼ਾਮੀ 5 ਵਜੇ। ਅਤੇ ਦੂਜੇ ਸਮਾਗਮ ਇੱਕ ਹੋ ਰਹੇ ਨੇ ਜੀ, ਗੁਰਦੁਆਰਾ ਸੰਤ ਸਾਗਰ ਸੈਕਰਾਮੈਂਟੋ ਦੇ ਵਿੱਚ, ਸੈਕਰਾਮੈਂਟੋ ਗੁਰਦੁਆਰਾ ਸੰਤ ਸਾਗਰ ਦੇ ਵਿੱਚ ਵੀ ਸਮਾਗਮ ਚੱਲ ਰਹੇ ਨੇ, ਅਤੇ ਅੱਜ ਤੋਂ ਸ਼ਾਮੀ 6:30 ਤੋਂ ਲੈ ਕੇ, ਮੇਰੇ ਖਿਆਲ 6 ਵਜੇ ਤੋਂ ਲੈ ਕੇ 8 ਵਜੇ ਤੱਕ ਸੰਤ ਅਨੂਪ ਸਿੰਘ ਜੀ ਊਨਾ ਵਾਲੇ ਸ਼ਨੀਵਾਰ ਤੱਕ ਰੋਜ਼ ਉੱਥੇ ਕੀਰਤਨ ਕਰਨਗੇ, ਸੰਤ ਅਨੂਪ ਸਿੰਘ ਜੀ ਊਨਾ ਵਾਲੇ, ਗੁਰਦੁਆਰਾ ਸੰਤ ਸਾਗਰ ਸੈਕਰਾਮੈਂਟੋ, ਅੱਜ ਬੁੱਧਵਾਰ ਤੋਂ ਲੈ ਕੇ ਸ਼ਨੀਵਾਰ ਤੱਕ
ਸ਼ਾਮੀ 6 ਵਜੇ ਤੋਂ ਉਹਨਾਂ ਦਾ ਕੀਰਤਨ ਆਨੰਦ ਮਾਰਦੇ। ਜਿਹੜੀ ਵੀ ਸੰਗਤ ਪਹੁੰਚ ਸਕਦੀ, ਜਿੱਥੇ ਵੀ ਪਹੁੰਚ ਸਕਦੀ ਉੱਥੇ ਜ਼ਰੂਰ ਪਹੁੰਚੋ। ਅਤੇ ਹੁਣ ਮੈਨੂੰ ਆਗਿਆ ਦਿਓ ਜੀ, ਉਮੀਦ ਕਰਦਾ ਪ੍ਰੋਗਰਾਮ ਵਧੀਆ ਲੱਗਿਆ ਹੋਏਗਾ। ਈਮੇਲ ਕਰ ਸਕਦੇ ਹੋ jaggi@justbroadcasting.com ਜਾਂ ਫਿਰ info@justbroadcasting.com। ਫੇਸਬੁੱਕ, ਟਵਿੱਟਰ ਤੋਂ ਇਲਾਵਾ ਵਟਸਐਪ ਨੰਬਰ ਮੇਰਾ ਸੈੱਲ ਨੰਬਰ 209-450-33 ਵਟ, ਕਿਤੇ ਵੀ ਸੰਪਰਕ ਕਰ ਸਕਦੇ ਹੋ। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਖੁਸ਼ ਰਹੋ, ਖੁਸ਼ ਰੱਖੋ, ਰੱਬ ਰਾਖਾ। ਜੀਵੇ ਪੰਜਾਬ, ਜੀਵੇ ਪੰਜਾਬੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।